ਸਹੀ ਬੇਨਤੀ ਹੈ ਗੋਰਾ ਭਰਾ ਸਾਡਾ ਅੱਡ ਦੇ ਗੋਰਾ ਵੈਰ ਕੇ ਸਨਮਾਨ ਜਿਹੜਾ ਕਿਤੇ ਉਹਦੇ ਲਈ ਪਾਸ ਜਿਹੜਾ ਕਿਤੇ ਬਖਸ਼ਿਆ ਜਾਵੇਗਾ ਜਿਸ ਕਾਰਨ ਸੇਖਾ ਗਗਨਦੀਪ ਸ਼ਰਮਾ ਜੀ ਵੱਲੋਂ ਕਿਤੇ ਸਨਮਾਨ ਜਿਹੜੇ ਕਿਤੇ ਬਖਸ਼ੇ ਜਾ ਰਹੇ ਹੈ ਆਦਰ ਸਾਡੇ ਵੀਰ ਉਤਲੇ ਪਾਸੇ ਸਨਮਾਨ ਜਿਹੜੇ ਕਿਤੇ ਬਖਸ਼ੇ ਜਾਣਗੇ ਕਿਤੇ ਭਰਾਵਾਂ ਦੇ ਜਿਸ ਕਾਰਨ ਸੇਖਾ ਗਗਨ ਬਾਈ ਦੇ ਮਤਲਬ ਜਿਹੜੇ ਕਿਤੇ ਸਨਮਾਨ ਓਵਰ ਕਿਹਨੇ ਪਾਉਣਾ ਜਿਹੜੇ ਕਿਤੇ ਬਖਸ਼ੇ ਜਾ ਰਹੇ ਕੈਮਰੇ ਵਾਲਾ ਵੀਰ ਵੀ ਉਤਲੇ ਪਾਸੇ ਆ ਜਾਵੇ ਤੇ ਸਨਮਾਨ ਜਿਹੜੇ ਕਿਤੇ ਬਖਸ਼ੇ ਜਾ ਰਹੇ ਹੈ ਗਗਨ ਬਾਈ ਦਾ ਕਿਤੇ ਬਹੁਤ ਬੜਾ ਧੰਨਵਾਦ ਜਿਸ ਕਾਰਨ ਸੇਖਾ ਉਹਦਾ ਸਨਮਾਨ ਜਿਹੜਾ ਕਿਤੇ ਸ਼ੇਅਰ ਤੌਰ ਤੇ ਕੀਤਾ ਜਾ ਰਿਹਾ ਹੈ ਨਾਲ ਕਿਤੇ ਦਿੱਲੀ ਪਾਸੇ ਗੋਰੇ ਭਰਾ ਦਾ ਸਨਮਾਨ ਵਿਸ਼ੇਸ਼ ਤੌਰ ਤੇ ਜਿਹੜਾ ਕਿਤੇ ਕੀਤਾ ਜਾਵੇਗਾ ਵੱਡੇ ਖਿਡਾਰੀ ਸਾਡੇ ਇਸ ਇਲਾਕੇ ਦੇ ਇਹਨਾਂ ਵੀਰਾਂ ਦੇ ਕਿਤੇ ਸਨਮਾਨ ਬਾਈ ਗਗਨ ਵੱਲੋਂ ਜਿਹੜੇ ਕਿਤੇ ਬਖਸ਼ੇ ਜਾ ਰਹੇ ਨੇ ਉਧਰਲੇ ਪਾਸੇ ਬਹੁਤ ਬਹੁਤ ਧੰਨਵਾਦ ਹੈ ਜੋਤ ਔਲਖ ਤੇ ਨਾਲ ਰਮਨ ਸਾਡਾ ਵੀਰ ਹੈ ਕਹਿੰਦੇ ਮਨੀਲਾ ਵਾਲਾ ਉਹ ਵੀ ਕਹਿੰਦੇ ਐਡੇ ਵੱਡੇ ਖੇਡ ਮੇਲੇ ਜੁੜੇ ਹੋਏ ਹੈ ਰਮਨ ਮਨੀਲਾ ਜਿਹੜੇ ਭਰਾ ਲੈ ਕਹਿੰਦੇ ਵੱਡਾ ਯੋਗਦਾਨ ਹੈ ਤੇ ਨਾਲ ਕਹਿੰਦੇ ਮਨਜੋਤ ਔਲਖ ਭਰਾ ਸਾਡਾ ਉਹ ਵੀ ਐਡੇ ਮੇਲੇ ਨੂੰ ਕਹਿੰਦੇ ਤੱਕਦਾ ਆਪਦਾ ਧੰਨਵਾਦ ਆ ਸਾਡੇ ਵੀਰਾਂ ਦਾ ਹਾਂਜੀ ਜਿਸ ਕਾਰਨ ਸੇਖਾ ਆ ਰਹਿਣ ਜੀ ਗੋਰਾ ਸਾਡਾ ਵੀਰ ਉਧਰਲੇ ਪਾਸੇ ਵੀ ਸਨਮਾਨ ਜਿਹੜੇ ਕਹਿੰਦੇ ਬਖਸ਼ੇ ਜਾ ਰਹੇ ਇਹਨਾਂ ਨੂੰ ਵੀ ਗਗਨ ਵੀਰ ਦੇ ਵੱਲੋਂ ਕਹਿੰਦੇ ਵੱਡੇ ਸਨਮਾਨ ਆਏ ਮੌਸਮ ਖਰਾਬ ਹੋ ਗਿਆ ਮੌਸਮ ਕੀ ਹੈ ਰਾਗਾਂ ਲੱਗਦੀਆਂ ਭਰਾਵਾ ਇੱਧਰ ਨਹੀਂ ਲੱਗਦੀ ਭਰਾਵਾ ਇੱਧਰ ਆ ਦਰਖਤ ਆ ਪੜਤਾਲ ਨਹੀਂ ਖੋਦੀ ਹੁੰਦਾ ਉਹ ਲੰਮੀ ਵਾਰਡ ਤੇ ਗਿਰ ਜਾਂਦੀ ਹੈ ਆਪਣੀ ਲਓ ਦੋਵੇਂ ਪਾਸੇ ਸਨਮਾਨ ਜਿਹੜੇ ਕਿਤੇ ਬਖਸ਼ੇ ਰਹੇ ਗੋਰਾ ਵੀ ਸਾਡਾ ਵੀਰ ਠੀਕ ਹੈ ਜੀ ਓਕੇ ਮੈਚ ਕਰ ਰਹੀ ਨਹੀਂ ਕਹਿ ਰਹੀ ਹੁਣ ਗਗਨ ਦੇ ਬਾਈ ਦੇ ਕਿਹੜੇ ਸਦੇ ਦੇ ਗੋਰਾ ਭਰਾ ਸਾਡਾ ਕਿਹੜੇ ਸ਼ੇਅਰ ਤੌਰ ਤੇ ਕਿਹੜੇ ਪੁੱਜਾ ਹੈ ਠੀਕ ਹੈ ਜੀ ਮੈਂ ਵੀ ਸ਼ੀਰੇ ਕੈਰੀ ਆਊਟ ਕਰਦੇ ਨੇ ਮੁਕਾਬਲੇ ਕਹਿੰਦੇ ਪਹਿਲੇ ਸੇਮੀ ਦੀ ਸ਼ੁਰੂਆਤ ਹੋਣ ਲੱਗੀ ਹੈ ਖੇਡ ਦੇ ਮੈਦਾਨ ਦੇ ਵਿੱਚ ਪਹਿਲਾਂ ਓਵਰ ਪੌਂਦਰੀ ਮਣੀ ਕਹਿੰਦੇ ਝਿੜਕ ਰਹੀ ਧਰਤੀ ਦਾ ਤੇ ਆ ਕਹਿੰਦੇ ਅਮਿਤ ਕਹਿੰਦੇ ਜਾਂਝ ਪਿੰਡ ਵਾਲਾ ਇਹ ਕਹਿੰਦੇ ਉਹਦਾ ਯਾਰ ਆ ਜੁੰਡੀ ਦਾ ਇਹਦਾ ਕਾਨਾ ਖੇੜਾ ਪਿੰਡ ਹੈ ਇਹ ਅਮਿਤ ਦਾ ਕਹਿੰਦੇ ਜੁੰਡੀ ਦਾ ਯਾਰ ਹੈ ਇਹਦਾ ਨਾਮ ਵੀ ਅਮਿਤ ਹੈ ਤੇ ਜਾਂਝ ਵਾਲੇ ਦੇ ਵੀ ਕਹਿੰਦੇ ਚਰਚੇ ਹੁੰਦੇ ਹੈ ਇੱਕ ਕਹਿੰਦੇ ਮੁੰਡਾ ਆਹ ਖੇਡਾ ਮੇਰੇ ਵੀਰੋ ਲਾਲੜੂ ਮੰਡੀ ਵਾਲਾ ਪਰ ਆ ਕਹਿੰਦੇ ਕਾਨੇ ਖੇੜੇ ਦੀ ਧਰਤੀ ਦਾ ਰਾਂਝੇ ਕਹਿੰਦੇ ਚਾਰ ਉੱਡ ਗਿਆ ਉਧਰਲੇ ਪਾਸੇ ਰਮਨ ਮਨੀਲਾ ਸਾਡਾ ਵੀਰ ਉਹਨਾਂ ਦਾਦਾ ਜੀ ਸ਼ੇਰ ਤੌਰ ਤੇ ਪੁੱਜੇ ਲਖਵੰਤ ਸਿੰਘ ਜੀ ਬਰਾੜ ਸਾਹਿਬ ਉਹਨਾਂ ਦਾ ਸ਼ੇਰ ਤੌਰ ਤੇ ਸਨਮਾਨ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਰਮਨ ਮਨੀਲਾ ਸਾਡਾ ਵੀਰ ਉਹਨਾਂ ਦੇ ਦਾਦਾ ਜੀ ਸ਼ੇਰ ਤੌਰ ਤੇ ਲਖਵੰਤ ਸਿੰਘ ਜੀ ਬਰਾੜ ਸਾਹਿਬ ਸਾਡੇ ਦਰਮਿਆਨ ਪੁੱਜੇ ਨੇ ਉਹਨਾਂ ਦਾ ਕਹਿੰਦੇ ਸਨਮਾਨ ਕਰੇਗੀ ਸਾਡੀ ਪ੍ਰਬੰਧਕ ਕਮੇਟੀ ਮੈਂ ਉਹਨੂੰ ਬੇਨਤੀ ਕਰਦਾ ਵੀ ਜ਼ਰੂਰ ਪਿਆਰ ਤੇ ਸਤਿਕਾਰ ਦੇਖੋ ਸਾਡੇ ਪ੍ਰਬੰਧਕ ਕਮੇਟੀ ਵੱਲੋਂ ਲੈ ਕੇ ਆਓ ਵੀਰ ਸਾਡੇ ਤੇ ਸਨਮਾਨ ਰਮਨ ਮਨੀਲਾ ਸਾਡਾ ਉਹਨਾਂ ਦੇ ਦਾਦਾ ਜੀ ਦਾ ਸ਼ੇਰ ਤੌਰ ਤੇ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਕਦੇ ਬਖਸ਼ਿਆ ਜਾ ਰਿਹਾ ਹੈ ਵਾਕਈ ਵਾਕਈ ਵੱਡੇ ਯੋਗਦਾਨ ਨੇ ਅਜੇ ਟੂਰਨਾਮੈਂਟ ਦੀ ਰਮਨ ਮਨੀਲਾ ਸਾਡਾ ਵੀਰ ਹੈ ਉਹਨਾਂ ਦੇ ਦਾਦਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਦਾ ਕਦੇ ਬਹੁਤ ਵੱਡਾ ਯੋਗਦਾਨ ਹੈ ਇਹ ਸਨਮਾਨ ਵੀ ਬੜੇ ਜ਼ਰੂਰੀ ਹੈ ਤੇ ਮੈਚ ਵੀ ਬੜੇ ਚੋਟੀ ਦੇ ਹੈ ਉਧਰਲੇ ਪਾਸੇ ਦੇਖਾਂਗੇ ਵੀ ਮੁੰਡਾ ਕਹਿੰਦੇ ਕਾਨੇ ਖੇੜੇ ਦੀ ਧਰਤੀ ਦਾ ਰਾਂਝੇ ਦੇ ਕਹਿੰਦੇ ਸ਼ੇਰ ਵਾਧੇ ਆਪਣੀ ਟੀਮ ਤੇ ਜੋੜਦਾ ਹੋਇਆ ਬਾਲ ਪੌਂਦਰੀ ਫੇਰ ਬੜੀ ਚੜਕਰੀ ਧਰਤੀ ਦਾ ਲੈ ਵੀ ਸੀਰੇ ਉਧਰਲੇ ਪਾਸੇ ਪਹਿਲੀ ਬਾਲ ਤੇ ਵਿਕਟ 500 ਦੇ ਜੂਸਰ ਪਹਿਲੀ ਬਾਲ ਤੇ ਸਿੱਖ ਤੇ ਜੂਸਰ ਤੇ ਲੜੀ ਲੱਗਿਆ ਸੀਗਾ ਹੁਣ ਫੇਰ ਦੇ ਆਹ ਜਿਹੜੀ ਹੁਣ ਬਾਲ ਪੈਣੀ ਹੈ ਤੇ ਆਹ ਬਾਲ ਤੇ ਕਹਿੰਦੇ ਵਿਕਟ ਆ ਗਈ 500 ਦੇ ਨਾਲ ਜੂਸਰ ਤੇ ਆਹ ਬਾਲ ਤੇ ਛੱਕਾ ਵੱਧ ਗਿਆ ਤੇ ਜੂਸਰ ਦੇ ਨਾਲ ਐਲਈਡੀ ਅਨਾਉਂਸ ਕਰਦੇ ਲੈ ਵੀ ਦੋ ਵੱਡੇ ਮਨ ਹੋਣਗੇ ਜੇ ਬੈਟ ਆਊਟ ਹੁੰਦੀ ਆ ਜੂਸਰ ਦੇ 500 ਦਿੱਤਾ ਜਾਣਾ ਆਹ ਵਾਹ ਓਏ ਸੋਹਣਿਆ ਬਾਲ ਜਿਹੜੀ ਕਹਿੰਦੇ ਵਾਈਡ ਹੋ ਗਈ ਹੈ ਇਧਰਲੇ ਪਾਸੇ ਖੇਡ ਦੇ ਮੈਦਾਨ ਦੇ ਵਿੱਚ ਵਾਈਡ ਬਾਲ ਦੇ ਕਹਿੰਦੇ ਫੈਸਲੇ ਆ ਪਰ ਦੇਖਾਂਗੇ ਵੀ ਲਾਉਡਰਲੇ ਪਾਸੇ
ਆਹ ਪਾਰੀ ਚ ਬਾਹਰੋਂ ਕੋਈ ਕੈਚ ਚਾਹੇ ਇੱਕ ਹੱਥੇ ਚੜਦਾ ਚਾਹੇ ਦੋ ਅੱਖਾਂ ਦੇ ਤੇ ਮੰਗਲ ਸ਼ੇਲੀਆ ਭਰਾ ਤੁਹਾਡੇ ਕਹਿੰਦੇ ਆ ਸਟੈਂਡ ਸਾਈਡ ਦੇ ਕੇ ਵੱਡੇ ਮਾਰਨਗੇ ਚਾਹੇ ਕੈਚ ਇੱਕ ਹੱਥੇ ਹੋ ਜਾਏ ਤੇ ਚਾਹੇ ਦੋ ਹੱਥਾਂ ਦੇ ਸਟੈਂਡ ਸਾਈਡ ਜਿਹੜਾ ਕਿਤੇ ਦਿੱਤਾ ਜਾਵੇਗਾ। ਬਾਕੀ ਆਹ ਇਨਿੰਗ ਦੇ ਵਿੱਚ ਦੂਜੀ ਇਨਿੰਗ ਦੇ ਵਿੱਚ ਕੁਝ ਗੱਲਾਂ ਹੋ ਗਈਆਂ। ਹਾਂ ਇਨਿੰਗ ਦੇ ਵਿੱਚ ਜਿਹੜਾ ਕੋਈ ਖਿਡਾਰੀ ਜਾਂ ਦਰਸ਼ਕ ਵੀਰ ਬਾਹਰੋਂ ਜਿਹੜਾ ਕਹਿੰਦੇ ਇੱਕ ਹੱਥ ਜਾਂ ਦੋ ਹੱਥਾਂ ਨਾਲ ਕੈਚ ਕਰਦਾ ਤੇ ਕਹਿੰਦੇ ਸਟੈਂਡ ਫਿਰ ਦਿੱਤਾ ਜਾਣਾ ਉਧਰਲੇ ਪਾਸੇ। ਆ ਵੀ ਪੱਪੂ ਪਟਾਕਾ ਜਲਦੀ ਦੇ ਨਾਲ ਸਾਹਮਣੇ ਵੱਡੇ ਰਾਜੀ ਸ਼ੁਰੂਆਤ ਵੇਲੇ ਪੰਜਾਬੀ ਵੀਰ ਪਹਿਲਾ ਸੈਮੀ ਫਾਈਨਲ ਤੇ ਸੈਮੀ ਕਹਿੰਦਾ ਸਾਨੂੰ ਵੀ ਟੱਕਰ ਹੈ ਸਾਨੂੰ ਵੀ ਇਹ ਟੱਕਰਾਂ ਦੇ ਦੇਖਣੀਆਂ ਤੇ ਬਹਿ ਜਾਓ ਲੋਕੋ ਲੈਣ ਛੱਡ ਕੇ ਸਾਨੂੰ ਵੀ ਇਹ ਟੱਕਰਾਂ ਦੇ ਦੇਖਣੀਆਂ ਬਹਿ ਜਾਓ ਲੋਕੋ ਲੈਣ ਛੱਡ ਕੇ ਹੋ ਜਿਹੜੇ ਕਰਦੇ ਕ੍ਰਿਕਟ ਨੂੰ ਪਿਆਰ ਪਟਾਕੇ ਪਟਾਕੇ ਹੁਣ ਭੈਣੇ ਪਹਿਲੀ ਵਾਰ ਪੌੜੀ ਚਿਕ ਦੀ ਧਰਤੀ ਹੈ ਮਰਜ਼ੀ ਵੀ ਜੋ ਚਾਰ ਇਧਰਲੇ ਪਾਸੇ ਮੁੰਡੇ ਨੇ ਕਹਿੰਦੇ ਕਮਾਲ ਕਰਦੀ ਹੈ ਮੇਰੇ ਵੀਰੋ ਇਹ ਕਹਿੰਦੇ ਕਾਨੇ ਖੇੜੇ ਦੀ ਧਰਤੀ ਦਾ ਪਹਿਲਾ ਓਵਰ ਸਮਾਪਤ 17 ਬਣ ਗਿਆ ਇੱਕ ਓਵਰ ਤੋਂ ਬਾਅਦ ਸਾਹਮਣੇ ਅੱਜ ਕਹਿੰਦੇ ਕੱਦੂ ਦਾ ਬਣੀ ਦਾ ਟੈਂਗੋ ਦਾ ਸਨਮਾਨ ਪੰਜ ਪੰਜ ਫੁੱਟੇ ਕੱਪਾਂ ਦੇ ਨਾਲ ਮੰਗਲ ਆਸਟ੍ਰੇਲੀਆ ਮਾਣ ਹੈ ਸਾਡੀ ਜ਼ਿੰਦਗੀ ਦਾ ਔਰ ਜੋਤੀ ਨੂੰ ਕਹਿੰਦੇ 11,000 ਦਿੱਤਾ ਜਾਣਾ ਲੈ ਰਿਹਾ ਮੰਨਾ ਬੈਜੂ ਚ ਬੈਠਾ ਰਮਨ ਮਨੀਲਾ ਚ ਬੈਠਾ ਔਰ ਸੁਖਮਨ ਨਿਊਜ਼ੀਲੈਂਡ ਚ ਬੈਠਾ ਕਮਲ ਕਹਿੰਦੇ ਕੈਨੇਡਾ ਚ ਬੈਠਾ ਔਰ ਹਰਕੀਰਤ ਕਹਿੰਦੇ ਕੈਨੇਡਾ ਚ ਅਜੇ ਵੱਡੇ ਕਮਲੀ ਸ਼ੀਰੇ ਸਵਾਲ ਵੱਖਰਾ ਦੇ ਕਰ ਸਿੰਦਰ ਹੋਜਵਾਲਾ ਮੁੰਡਿਆਂ ਦੀ ਗੱਲਾਂ ਜਿਹੜੀਆਂ ਵੱਡੀਆਂ ਹੁੰਦੀਆਂ ਪਟਾਕੇ ਪੈਂਦੇ ਆ ਇੱਕ ਸਵਾਲ ਲਓ ਸਾਹਮਣੇ ਟੈਂਗੋ ਮੁੰਡਾ ਚੱਠਿਆ ਦੀ ਧਰਤੀ ਦਾ ਆਹ ਸਾਹਮਣੇ ਦੇ ਪਾਸੇ ਚਾਰ ਛੱਕੇ ਤੁਹਾਡਾ ਜੋ ਕੋਈ ਵੀ ਲਗਾਤਾਰ ਮਾਰਦਾ ਤੇ ਰਿੰਪਾ ਭਰਾ ਕਹਿੰਦਾ ਵੀ 11 ਸਿਰ ਤਾਂ ਜਾਣਾ ਕੋਈ ਵੀ ਤੁਹਾਡਾ ਜੋ ਚਾਰ ਛੱਕੇ ਲਗਾਤਾਰ ਮਾਰਦਾ ਤੇ ਰਿੰਪੇ ਭਰਾ ਵੱਲੋਂ ਕਹਿੰਦੇ 11 ਸਿਰ ਤਾਂ ਜਾਵੇਗਾ ਆਹ ਸਾਹਮਣੇ ਬਾਹਰ ਪਾਉਂਦੀ ਕਹਿੰਦੇ ਟੈਂਗੋ ਇਹ ਚੱਠਿਆ ਦੀ ਧਰਤੀ ਦਾ ਇਹਦਾ ਤੇ ਨਾਲ ਕਹਿੰਦੇ ਮਣੀ ਦਾ ਤੇ ਨਾਲ ਕੱਦੂ ਦਾ ਸਨਮਾਨ ਮੋੜ ਤੇ ਸਾਡਾ ਭਰਾ ਕਹਿੰਦੇ ਉਧਰਲੇ ਪਾਸੇ ਮੰਗਲ ਕਹਿੰਦੇ ਆਸਟ੍ਰੇਲੀਆ ਵਾਲਾ ਇਹਨਾਂ ਵੱਲੋਂ ਕਹਿੰਦੇ ਕੱਪਾਂ ਦਾ ਵੱਡੇ ਸਨਮਾਨ ਕੀਤੇ ਜਾਣੇ ਆ ਪਰਲੇ ਪਾਸੇ ਪੈਂਦੀ ਬਾਹਰ ਖੇਡ ਦੇ ਮੈਦਾਨ ਦੇ ਵਿੱਚ ਇਹ ਚੱਠੇ ਵਾਲੀ ਹੈ ਕਹਿੰਦੇ ਟੈਂਗੋ ਆ ਇਹ ਤਲਵੰਡੀ ਸਾਬੋ ਦੇ ਇਲਾਕੇ ਦਾ ਕਹਿੰਦੇ ਟੌਪ ਦਾ ਖਿਡਾਰੀ ਬਣ ਗਿਆ ਬਾਲ ਬੋਲੀ ਮੁੰਡਾ ਫੇਰ ਤਿਆਰ ਹੈ ਫੱਡਾ ਵਾਲਾ ਸਾਡੀ ਖੇਡਦਾ ਉਹ ਭਰਾ ਸਾਡਾ ਕਹਿੰਦੇ ਮੰਨਾ ਫਰਜੀ ਵਾਲਾ ਮਾਣ ਇਹਨਾਂ ਪਿੰਡਾਂ ਦਾ ਫੱਡਾ ਪ੍ਰਮੋਟਰ ਹੈ ਰਮਨ ਕਹਿੰਦੇ ਮਨੀਲਾ ਨਾਲ ਭਾਈਆਂ ਤੋਂ ਫੜ ਕੇ ਪਿਆਰ ਹੈ ਔਰ ਗੱਲਾਂ ਜਿਹੜੀਆਂ ਕਹਿੰਦੇ ਹੁੰਦੀਆਂ ਅਜੇ ਫੱਡੇ ਮੈਂ ਜੋੜੇ ਬੈਠੇ ਆ ਸਾਨੂੰ ਕਹਿੰਦਾ ਸਟੈਬ ਸਟੈਬ ਹੋਈ ਆ ਕਹਿੰਦੀ ਹੈ ਇਹ ਜਿੱਥੋਂ ਬੰਬ ਆਇਆ ਸੀ ਸ਼ੀਰਿਆ ਉੱਥੋਂ ਫੇਰ ਚੱਲ ਪਿਆ ਜਿੱਥੋਂ ਬੰਬ ਆਇਆ ਸੀ ਉੱਥੋਂ ਫੇਰ ਚੱਲ ਪਿਆ ਕਹਿੰਦੇ ਚਰਚੇ ਵੱਡੇ ਆ ਤੇ ਦੁਨੀਆ ਮਾਣ ਕਰਦੀ ਹੈ ਉੱਧਰ ਕਹਿੰਦੇ ਅੰਮੂ ਸਰਪੰਚ ਕਹਿੰਦਾ ਵੀ ਜੇ 50 ਮਾਰਦਾ ਤੇ 19 ਤਰੀਕ ਨੂੰ ਕਹਿੰਦੇ ਉਹ ਵੱਡੇ ਸਨਮਾਨ ਕੀਤੇ ਜਾਣਗੇ ਪਰ ਦੇਖਾਂਗੇ ਵੀ ਉਹ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਕੀ ਫੈਸਲਾ ਪੱਪੂ ਬਈ ਸਾਹਮਣੇ ਦੇ ਚਾਰ ਛੱਕੇ ਮਾਂਡੀ ਵਾਲੇ ਦੇ ਪਹਿਲੇ ਲਗਾਤਾਰ ਸੁਖਮਨ ਨਿਊਜ਼ੀਲੈਂਡ ਕਹਿੰਦਾ ਲੀੜੀ ਫੇਰ ਦੇ ਦਿਓ ਜਗਸੀਰ ਉਹ ਕਹਿੰਦਾ ਲੀੜੀ ਫੇਰ ਦੇ ਦਿਓ ਚਾਰ
ਛੱਕੇ ਲਗਾਤਾਰ ਪਹਿਲੇ ਜਿਹੜਾ ਮਾਰੇਗਾ ਐਲਈਡੀ ਜਿੱਤੀ ਜਾਣੀ ਹੈ ਮੇਰੇ ਵੀਰੋ। ਸੁਖਮਨ ਨਿਊਜ਼ੀਲੈਂਡ ਨਾਲ ਕਹਿੰਦੇ ਭਰਾ ਨੇ ਸਾਡੇ ਉਧਰਲੇ ਪਾਸੇ ਜਿੰਨੇ ਵੀ ਵੱਡੇ ਵੀਰ ਕਹਿੰਦੇ ਜ਼ਿੰਮੇਵਾਰੀਆਂ ਸਭ ਬੈਠੇ ਰਮਨ ਮਨੀਲਾ ਮਣਕੋਲੀਆ ਦੇ ਮੋੜ ਵੀਰੇ ਸਾਰੇ ਭਰਾਵਾਂ ਦਾ ਕਹਿੰਦੇ ਧੰਨਵਾਦ ਹੈ। ਅੱਜ ਆ ਕਹਿੰਦੇ ਵੱਡਾ ਮੇਲਾ ਟ੍ਰੈਂਡਿੰਗ ਦੇ ਵਿੱਚ ਹੈ ਮੇਰੇ ਵੀਰੋ। ਬਾਈ ਜੀ ਕੀ ਚੱਕਰ ਆ ਕਮਲ ਭਰਾ ਸਿਰਾ ਕਨੇਡਾ ਕਹਿੰਦਾ ਜੋਤੀ ਪੂਰ ਕੇ ਇੱਕ ਵਾਰ 5500 ਦੇਵਾਂਗੇ ਜੋ ਸਨਮਾਨ ਜੋਤੀ ਦਾ 5500 ਦੇ ਨਾਲ ਕਮਲ ਭਰਾ ਸਿਰਾ ਕਹਿੰਦੇ ਕਨੇਡਾ ਉਹਦੇ ਵੱਲੋਂ ਵਿਸ਼ੇਸ਼ਤਾ ਤੇ ਕੀਤਾ ਜਾਣਾ ਹੈ ਨਵੀਂ ਜੋਤੀ ਆਪਣਾ ਸਨਮਾਨ ਹਾਸਲ ਕਰਨਾ ਹੈ ਨਵੀਂ ਜੋਤੀ ਜੀ ਦਾ ਹਾਰ ਕੇ ਵੀ ਜਿੱਤੇ ਅਰਗਾ ਨੌਜਵਾਨਾਂ ਹਰ ਗੱਲਾਂ ਜਿਹੜੀਆਂ ਹੁੰਦੀਆਂ ਨਵੀਂ ਜਗਸੀਰ ਕਰ ਸਿੱਧ ਨੌਜਵਾਨਾਂ ਬਾਹਰ ਖੇਡਣਾ ਸੌਖਾ ਖਿਡਾਉਣੇ ਬੜੇ ਔਖੇ ਆ। ਇਹਦੇਲੇ ਪਾਸੇ ਲਈ ਵੀ ਮਣੀ ਆ ਬਾਈ ਬਾਬਾ ਟਾਈਮ ਦਾ ਭੱਜਿਆ ਫਿਰਦਾ ਨੂੰ ਰੋਕ ਲਾ ਇੱਕ ਫਰੂਟੀ ਪਿਆ ਦੋ ਇਹਨੂੰ ਸਾਹਮਣੇ ਗੱਲਾਂ ਹੋਈਆਂ ਮਾਸਟਰ ਜੀ ਢਿੱਲੇ ਲੱਗਦੇ ਆ ਇੱਥੇ ਗੱਲਾਂ ਹੋਣਗੀਆਂ ਕੱਲ ਨੂੰ ਇਹਦੇ ਪਿੰਡ ਦਾ ਮੇਲਾ ਆ ਗਈ ਬਾਕੀ ਕੱਲ ਨੂੰ ਕੋਰਿਆਂ ਦੇ ਵਿੱਚ ਕਹਿੰਦੇ ਭੰਗੜੇ ਪਹਿਣਗੇ ਔਰ ਕਹਿੰਦੇ ਗੱਲਾਂ ਟਿਕਾਣੇ ਲੱਗਣਗੀਆਂ ਆਠੀ ਜਾਵੜੀ ਮਸੀਤਾਂ ਵਾਲਿਆ ਰਾਵ ਸਮੁੰਦਰ ਦੇ ਪਾਸੇ ਮੈਚ ਕਹਿੰਦੇ ਚੋਟੀ ਦਾ ਬਾਈ ਜੀ ਕੀ ਫੈਸਲਾ ਬੋਲੀ ਜਾਂਦੇ ਜੀ ਤਾਇਆ ਜੋ ਆਪਾਂ ਗੱਲਾਂ ਕਿਸੇ ਹੋਰ ਨਾਲ ਲੱਗੇ ਹੋਵਾਂਗੇ ਆਪਾਂ ਥੋੜੀ ਪਤਾ ਲੱਗੂਗਾ ਹਾਂ ਫਿਰ ਸਪੀਕਰਾਂ ਕੋਲ ਭਾਜਦੇ ਕੁਰਸੀ ਲੱਗੇ ਜਿਹੜੀ ਟੀਮ ਬੈਟਿੰਗ ਕਰਦੀ ਆ ਉਹ ਹਰਿਆਣੇ ਦੀ ਟੀਮ ਆ ਦਨੋਟਾ ਪਿੰਡਾਂ ਮੁੰਡਿਆਂ ਦਾ ਜਿਹੜੀ ਬੋਲਿੰਗ ਕਰਦੀ ਆ ਉਹ ਆਪਣੇ ਇਲਾਕੇ ਦੀ ਜ਼ਿਲ੍ਹੇ ਮੋਗੇ ਦੇ ਚਿੜਕ ਪਿੰਡ ਦੀ ਟੀਮ ਖੇਡਦੀ ਹੈ ਤੇ ਇੱਕ ਪਾਸੇ ਮੁੰਡਾ ਕਹਿੰਦੇ ਮਾਂਡੀ ਵਾਲਾ ਡੈਣੀ ਆ ਨਰਵਾਣੇ ਦੇ ਇਲਾਕੇ ਦਾ ਜੀਂਦ ਏਰੀਏ ਦਾ ਕਹਿੰਦੇ ਮੁੰਡਾ ਜਿਹੜਾ ਸਾਹਮਣੇ ਹੈ ਤੇ ਨਾਲ ਅਮਿਤ ਕਹਿੰਦੇ ਕਾਨੇ ਖੇੜੇ ਵਾਲਾ ਉਹ ਵੀ ਹਰਿਆਣੇ ਦਾ ਖਿਡਾਰੀ ਹੈ ਤੇ ਜਿਹੜੇ ਚਿੜਕ ਦੀ ਟੀਮ ਦੇ ਲਈ ਖੇਡਦੇ ਆ ਇੱਕ ਮੁੰਡਾ ਕਹਿੰਦੇ ਹੀਰਕਿਆਂ ਤੋਂ ਆਇਆ ਮਾਨਸੇ ਜ਼ਿਲ੍ਹੇ ਦੇ ਵਿੱਚੋਂ ਤੇ ਇੱਕ ਮੁੰਡਾ ਜਿਹੜੇ ਬਠਿੰਡੇ ਦੇ ਚੱਠੇ ਵਾਲ ਪਿੰਡ ਤੋਂ ਖੇਡ ਰਿਹਾ ਤੇ ਟੀਮ ਜਿਹੜੀ ਕਹਿੰਦੇ ਚਿੜਕ ਦੀ ਖੇਡਦੀ ਹੈ ਇੱਧਰ ਮਿੱਠੂ ਮਾਨ ਤੋਂ ਭਰਾ ਸਾਡਾ ਕਹਿੰਦੇ ਮਣੀ ਹੈ ਇਹਦੇ ਸੱਟ ਵੀ ਲੱਗੀ ਹੈ ਥੋੜ੍ਹੀ ਜਿਹੀ ਪਰ 20 ਚੱਕਰ ਲਾਤੇ ਇੰਨੀ ਗਰਮੀ ਗਰਾਊਂਡ ਦੇ ਇਹਦਾ ਜ਼ਰੂਰ ਮਾਣ ਤਾਣ ਕਰਨਾ ਸਾਰੇ ਵੀਰਾਂ ਨੇ ਮਿੱਠੂ ਮਾਨ ਤੋਂ ਮਣੀ ਸਾਡਾ ਵੀਰ ਹੈ ਬਹੁਤ ਬੜਾ ਧੰਨਵਾਦ ਕਰ ਰਹੇ ਹਾਂ ਗੁਰਜੋਤ ਬਰਾੜ ਸਾਡਾ ਭਰਾੜ ਦੇ ਫਾਦਰ ਸਾਹਿਬ ਸਾਡੇ ਦਰਬਾਰ ਸਰਦਾਰ ਹਰਜੀਤ ਸਿੰਘ ਜੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਆ ਬਹੁਤ ਬੜਾ ਧੰਨਵਾਦ ਕਰਦੇ ਵਿਸ਼ੇਸ਼ ਤੌਰ ਤੇ ਬੜੀ ਮਾਣ ਜੋ ਖੁਸ਼ੀ ਹੈ ਤਾਂ ਹਾਂਜੀ ਰੌਲਾ ਰੱਪਾ ਰੌਲਾ ਰੱਪਾ ਨਬੇੜ ਦਿਓ ਖਰਜੋ ਚੰਦਰਿਓ ਇੱਕ ਉਮਰ ਸ਼ੇਸ਼ੇ ਤੁਸੀਂ ਬੈਠੇ ਹੋ ਤੋ ਸਮਾਂ ਘੱਟ ਬਾਕੀ ਮੇਰੀ ਬੇਨਤੀ ਹੈ ਬਾਈ ਜੀ ਜਲਦੀ ਦੇ ਨਾਲ ਕਰੀਏ ਸ਼ੁਰੂਆਤ ਲਾਓ ਸਾਹਮਣੇ ਕਹਿੰਦੇ ਚੱਠੇ ਵਾਲੀ ਹੈ ਟੈਂਗੋ ਵਾਲ ਪਾਉਂਦੇ ਨੀ ਕਹਿੰਦੇ ਧਿਆਨ ਵਾਲ ਤਿਆਰ ਹੈ ਇਧਰਲੇ ਪਾਸੇ ਉਸਤਾਦ ਕਹਿੰਦੀ ਆ ਦੁਨੀਆ
ਇਹ ਮਾਂਡੀ ਵਾਲਾ ਉਹ ਦੇਣੀ ਹੈ ਕਹਿੰਦੇ ਮੇਰੇ ਮਿੱਤਰੋ, ਇਹ ਹਰਿਆਣੇ ਚੋਂ ਚੱਲ ਕੇ ਆਇਆ, ਇਹ ਜੀਂਦ ਦੇ ਇਲਾਕੇ ਦਾ, ਇਹ ਨਰਵਾਣੇ ਏਰੀਏ ਦਾ ਕਿਹੜੇ ਖਿਡਾਰੀ ਆ, ਇਹ ਆ ਕਿਹੜੇ ਹਰਿਆਣੇ ਵਾਲਾ, ਉਹ ਮੁੰਡਾ ਕਿਹੜੇ ਖੇਡਦੇ ਮੈਦਾਨ ਦੇ ਵਿੱਚ, ਵੱਡਾ ਬਾਲਾ ਸਾਡੀ ਖੇਡਦਾ ਅੰਮੂ ਸਰਪੰਚ ਲੋਹਗੜੀਆ ਗੁਰਜਿੱਤ ਵਰਗੇ ਹੈਰੀ ਪਹਿਲੇ ਭਰਾ ਸਿਰਫ ਫੌਜੀ ਮਾਰ ਕਰਦਾ ਮੁੰਡੇ ਵੀ ਖੇਡਦੇ, ਪਰ ਗੱਲਾਂ ਜਿਹੜੀਆਂ ਕਹਿੰਦੇ ਫੜੀਆਂ ਹੁੰਦੀਆਂ, ਹਾਲ ਪਾਲੀ ਬੜਾ ਤਿਆਰ ਹੈ ਦੂਜੇ ਪਾਸੇ ਇੱਥੇ ਰੱਖ ਇੱਥੇ ਰੱਖ, ਵਾਕਈ ਵਾਕਈ ਜਿਹੜਾ ਉਹ ਬੋਲ ਜੀ ਕੰਨੀ ਨੂੰ ਭੱਜਿਆ ਸੀ ਸਟੈਂਡ ਹੁਣ ਜਿੱਦਣ ਨੂੰ ਫਿਰਦਾ, ਪੱਖਾ 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 ਬੜਾ ਕੁਝ ਕਰਾ ਦਿੰਦਾ, ਹਵਾ ਬੜਾ ਕੁਝ ਕਰਾ ਦਿੰਦੀ, ਵਾਕਈ ਜਿਹੜੇ ਕਈ ਕਹਿੰਦੇ ਮੋਟਰਸਾਈਕਲਾਂ ਤੇ ਆਏ ਸੀ ਨਾ, ਅੱਜ ਉਹ ਵੀ ਗੱਡੀਆਂ ਲੈ ਕੇ ਆਏ ਆ, ਵੀ ਕੋਈ ਪਤਾ ਨੀ ਹੋ ਕੀ ਜਾਣਾ, ਗੱਲਾਂ ਕਹਿੰਦੇ ਹੋਣਗੀਆਂ ਮੇਰੇ ਵੀਰੋ, ਆਓ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ, ਮੈਂ ਅੱਜ ਚੋਟੀ ਦਾ ਪਹਿਲੀ ਵਾਰ ਆਓ ਖੇਡਦੇ ਮੈਦਾਨ ਦੇ ਵਿੱਚ, ਆਪਣੇ ਮੁੰਡਾ ਟਰਾਈ ਕਰਿਆ ਵੀ ਛੋਟੀ ਆ ਨੀ ਬਦਮਾਦਾ, ਤੇਰਾ 5116 ਸਨਮਾਨ ਭਰਾ ਸਾਡਾ ਕਮਲ ਕਨੇਡਾ ਉਹਦੇ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਹੈ, ਆਹ ਵੀ ਜੋਤੀ ਨੌਜਵਾਨਾਂ ਔਰ ਦਾਸ ਦਾ ਸਨਮਾਨ ਵੀ ਕਮਲ ਹੋਣਾ ਵੱਲੋਂ ਵੱਡਾ ਹੈ, ਬਹੁਤ ਬੜਾ ਧੰਨਵਾਦ ਹੈ, ਲਓ ਸਾਹਮਣੇ ਉੱਪਰ ਡਿੱਬ ਗਿਆ, ਦੱਸੋ ਜੀ ਕਿੰਨੇ ਬਣ ਗਏ, 40 ਬਣ ਗਏ ਹੈ, 40 ਬਣ ਗਏ ਵੀ ਮਸੀਤਾਂ ਵਾਲਿਆ ਆਪਣਾ ਲੱਖੀ ਕਮੈਂਟੇਟਰ ਹੈ ਚੌਹਾਨ ਕੇ ਪਿੰਡ ਵਾਲਾ, ਉਹ ਸਿਰਫ ਕਮੈਂਟਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ, ਉਹਦਾ 5 ਸਾਲ ਦਾ ਬੱਚਾ ਜਿਹਦੇ ਸਿਰ ਦੇ ਵਿੱਚ ਪ੍ਰੋਬਲਮ ਹੈ, ਉਹ ਪ੍ਰੋਬਲਮ ਦਾ ਕਰਕੇ ਸਿਰਫ 1.5 ਫੁੱਟ ਤੱਕ ਉਹਦੀ ਨਿਗਾਹ ਰਹਿ ਗਈ ਹੈ, ਬਾਕੀ ਨਿਗਾਹ ਚਲੀ ਗਈ ਹੈ, ਇੱਕ ਪਾਸਾ ਵੀ ਖੜ ਗਿਆ ਸਰੀਰ ਦਾ, ਅਸੀਂ ਜਦੋਂ ਵੀ ਕੋਈ ਕਾਸਕੋ ਕ੍ਰਿਕਟ ਦੇ ਭੀੜ ਪਈ ਹੈ, ਪਲੇਅਰਾਂ ਨੇ ਪ੍ਰਮੋਟਰਾਂ ਨੇ ਬੁਲਾਰਿਆਂ ਨੇ ਲਾਈਵ ਵਾਲਿਆਂ ਨੇ ਆਪਰੇਟਰਾਂ ਨੇ ਬਹੁਤ ਸਾਥ ਦਿੱਤਾ, ਇੱਥੋਂ ਤੱਕ ਕਿ ਜਿੰਨੇ ਵੀ ਕਾਸਕੋ ਕ੍ਰਿਕਟ ਨੂੰ ਪਿਆਰ ਕਰਦੇ ਆ ਲੋਕ ਦੇਖਣ ਆਉਂਦੇ ਆ, ਉਹਨਾਂ ਨੇ ਕਦੇ ਪਿੱਠ ਨਹੀਂ ਲੱਗਣ ਦਿੱਤੀ, ਬਹੁਤ ਸਾਥ ਦਿੱਤਾ, ਉਹਦੇ ਲਈ ਰਿਣੀ ਰਹਾਂਗੇ ਤੇ ਹਮੇਸ਼ਾ ਧੰਨਵਾਦੀ ਹੋਵਾਂਗੇ, ਉਸ ਬੱਚੇ ਦੇ ਲਈ 2.5 ਤੋਂ 3 ਲੱਖ ਰੁਪਏ ਦਾ ਜਿਹੜਾ ਖਰਚਾ ਆਉਣਾ, ਤੇ ਜਿਹੜਾ ਉਹ ਲੱਖੀ ਭਰਾ ਹੈ ਸਾਡਾ, ਉਹ ਇੱਕ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ, ਉਹ ਇੰਨਾ ਖਰਚਾ ਨਹੀਂ ਚੱਲ ਸਕਦਾ ਭਾਈ, ਮੇਰਾ ਸਾਈਡ ਤੇ ਮੇਰੀ ਬੇਨਤੀ ਹੈ ਸਾਡੇ ਕਮੈਂਟਰ ਭਾਈਚਾਰੇ ਨੇ ਕੁਛ ਕੁ ਹੱਦ ਤੱਕ ਉਹਦੀ ਹੈਲਪ ਜਿਹੜੀ ਕੀਤੀ ਹੈ, ਤੇ ਜਿੰਨੀ ਕਰਿੰਦੀ ਹੈ ਮੇਰੀ ਹੱਥ ਬੰਨ ਕੇ ਬੇਨਤੀ ਹੈ, ਜਿਹੜੇ ਟੂਰਨਾਮੈਂਟ ਕਰਾ ਰਹੇ ਹੈ ਜਾਂ ਪਲੇਅਰ ਜਿਹੜੇ ਵੱਡੀਆਂ ਸੀਰੀਜ਼ਾਂ ਦੇਦੇ ਆ ਜਾਂ ਟੀਮ ਜਿੱਤਦੀ ਹੈ, ਤੇ ਜ਼ਰੂਰ ਇੱਕ ਦਸਵੰਧ ਦੇ ਤੌਰ ਤੇ 500-700 ਹਜ਼ਾਰ, ਇਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ, ਉਹਦੇ ਪੁੱਤ ਦਾ ਇਲਾਜ ਹੋ ਜਾਣਾ, ਇੱਕ 5 ਸਾਲ ਦਾ ਜਵਾਕ ਉਹ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੋ ਕੇ ਆਪਣੇ ਮਾਂ ਪਿਓ ਦਾ ਸਹਾਰਾ ਬਣ ਜੂਗਾ, ਆਪਣੇ ਪਰਿਵਾਰ ਦੇ ਵਿੱਚ ਰਹਿ ਜਾਵੇਗਾ, ਇਸ ਕਰਕੇ ਸਾਡੀ ਕਾਸਕੋ ਕ੍ਰਿਕਟ ਵੱਲੋਂ ਇੱਕ ਬੇਨਤੀ ਆ ਵੀ ਉਹਦੇ ਲਈ ਜ਼ਰੂਰ ਜਿਹੜਾ 500-700 ਜਾਂ 1,000 ਜਾਂ ਜਿੰਨਾ ਵੀ ਕੋਈ ਕਰ ਸਕਦਾ ਉਹ ਜ਼ਰੂਰ ਭਰਾ ਸਾਡੇ ਹੈਲਪ ਕਰਨ, ਇਹ ਸਾਡੀ ਹੱਥ ਬੰਨ ਕੇ ਬੇਨਤੀ ਹੈ, ਬਾਕੀ ਮੈਂ ਦੀ ਗੱਲ ਨਵੀਂ ਮਣੀ ਕਰ ਦਿੰਦੀ, ਇੱਕ ਮੇਰੀ ਬੇਨਤੀ ਹੈ ਜਿਹੜੇ ਭਰਾ ਸੁਖਮਨ ਸਾਡਾ ਵੀਰ ਹੈ ਹਰਕੀਰਤ ਭਰਾ ਇਹ ਕਮਲ, ਇਹਨਾਂ ਨੂੰ ਬੇਨਤੀ ਹੈ ਕਿ ਮੈਂ ਬਹੁਤ ਪੈਸੇ ਲਾਇਆ ਅੱਜ, ਇੱਕ ਸਾਡੇ ਵੱਲੋਂ ਹੱਥ ਜੁੜ ਕੇ ਬੇਨਤੀ ਹੈ ਉਹ ਬੱਚੇ ਲਈ ਜ਼ਰੂਰ ਹੈਲਪ ਭੇਜੋ, ਇੱਕ ਮੇਰੀ ਹੋਰ ਬੇਨਤੀ ਜਿੰਨੇ ਵੀਰ ਖੜ੍ਹੇ ਹੋ, ਜੇ ਤੁਸੀਂ ਇੱਥੇ 200 ਬੰਦਾ ਹੋਇਆ 100-100 ਰੁਪਈਆ ਵੀ ਦਿੱਤਾ, ਦੇਖ ਲਓ ਕਿੰਨੇ ਪੈਸੇ ਬਣ ਜਾਣੇ ਆ, ਆਹ ਮੁੰਡਾ ਇੱਕ ਪਾਣੀ ਪੀਊਗਾ, ਇਹ ਆਪਣੀ ਦਸਾਂ ਵਿੱਚੋਂ 500 ਰੁਪਈਆ ਦੇ ਗਿਆ, ਬੱਚੇ ਨੂੰ ਪਤਾ ਜਾਨ ਕਿੰਨੀ ਕੀਮਤੀ ਹੈ,
ਇੱਕ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਕਮੈਂਟਾਂ ਨੂੰ ਬੇਨਤੀ ਹੈ, ਉਹ ਭਰਾ ਦੇ ਬੱਚੇ ਲਈ ਜ਼ਰੂਰ ਹੈਲਪ ਭੇਜੋ, ਤੁਸੀਂ ਰੱਬ ਬਣ ਕੇ ਆਓਗੇ ਸਾਡੇ ਲਈ। ਇਹ ਫਿਰਦੀ ਹੈ ਅਤੇ ਸੁਖਮਨ ਨਿਊਜ਼ੀਲੈਂਡ ਵੱਲੋਂ 3100 ਰੁਪਈਆ ਜਿਹੜਾ ਕਹਿੰਦੇ ਹੈਲਪ ਆਈ ਹੈ। ਬਹੁਤ ਬੜਾ ਧੰਨਵਾਦ ਭਰਾ, ਆਪਾਂ ਵਿਸ਼ੇਸ਼ ਤਰਨੇ ਕਰਦੇ ਹਾਂ। ਇਹ ਬੇਨਤੀ ਹੈ ਅਤੇ ਭਰਾ ਸਾਡੇ ਜ਼ਰੂਰ, ਇਹ ਬੇਨਤੀ ਸਾਡੀ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ। ਪਰ ਸਾਹਮਣੇ ਮੈਚ ਜਿਹੜਾ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ, ਲਓ ਸਾਹਮਣੇ ਬਾਲ, ਫਿਰ ਪਾਲੀ ਮੁੰਡਾ ਨਵੀਂ ਸ਼ੀਰੇ ਤਿਆਰ ਹੈ, ਲਾਲ ਸਾਹਮਣੇ ਦੇ ਪਾਸੇ ਬਾਲ ਪੌਂਦਰੀ ਮੁੰਡਾ ਫਿਰ ਤਿਆਰ ਹੈ, ਲੈ ਵੀ ਮਸੀਤਾਂ ਵਾਲਿਆ ਜਿਹੜਾ ਆਪਣਾ ਗੁਰਪ੍ਰੀਤ ਦਾ ਮਾਨੇ ਵਾਲਾ ਸਟੰਟ ਕਰਕੇ ਪੈਸੇ ਜਿਹੜੇ ਇਕੱਠੇ ਕਰਦਾ ਆਪਣੇ ਘਰ ਦਾ ਗੁਜ਼ਾਰਾ ਕਰਦਾ। 200 ਨੇ ਪਹਿਲਾਂ ਪੁਆਇੰਟਾਂ ਕਰਦਾ ਸੀ, ਇਹ 300 ਰੁਪਇਆ ਹੁਣ ਮੈਨੂੰ ਫੜਾ ਗਿਆ। ਮੈਂ ਉਹਨੂੰ ਕਿਹਾ ਸੀ ਵੀ ਬਾਈ ਬਹੁਤ ਆ 200, ਕਹਿੰਦਾ ਨਹੀਂ ਬਾਈ ਮੈਂ 500 ਹੀ ਦੇਣਾ। ਇੱਕ ਵਾਰੀ ਮਾਲਿਆ ਦੇ ਨਾਂ 'ਤੇ ਵੀ ਤਾੜੀ ਮਾਰ ਦਿਓ ਜ਼ੋਰਦਾਰ। ਉੱਧਰ ਗਗਨ ਬਰਾੜ ਭਰਾ ਸਾਡਾ ਚੜਿੱਕ ਦੀ ਟੀਮ ਦੇ ਨਾਲ ਆਇਆ ਹੋਇਆ, ਅਤੇ ਉਹ ਕਹਿੰਦਾ ਜੀ ਚੜਿੱਕ ਦੀ ਟੀਮ ਵੱਲੋਂ ਬਾਈ ਨੇ ਮੇਰੇ ਤੋਂ ਨੰਬਰ ਲੈ ਕੇ ਹੁਣੇ 2100 ਰੁਪਇਆ ਜਿਹੜਾ ਲੱਖੀ ਤੱਕ ਪਹੁੰਚਦਾ ਕਰਦਾ, ਉਹ ਬਾਈ ਦਾ ਵੀ ਧੰਨਵਾਦ ਕਰ ਰਹੇ ਹਾਂ। ਨਾਲ ਸਾਹਮਣੇ ਮੈਚ ਚੋਟੀ ਨੇ ਮੇਰੇ ਵੀ ਖੇਡਦੇ ਬਣਾ, ਨਾਲ ਸਾਹਮਣੇ ਮੈਚ ਵੱਡਾ ਪੋਤੀ ਆ ਚੜਿੱਕ ਦੀ ਧਰਤੀ ਦਾ, ਦੂਜੇ ਪਾਸੇ ਇਹਦੀ ਆ ਮੇਰੇ ਸੇਵ ਸ਼ੇਅਰ ਕਰੀ ਆ, ਕਹਿੰਦੇ ਫੱਡਾ ਗੱਲਾਂ ਕਹਿੰਦੇ ਹੁੰਦੀਆਂ। ਨਾਲ ਸਾਹਮਣੇ ਖੇਡਾਂ ਰਵਰਸ ਸ਼ਾਟ ਤੇ ਰਾਂਝੇ ਦੇ ਮੁੰਡੇ ਨੇ ਵੇਖਾਂਗੇ, ਚਾਰ ਆਪਣੇ ਹਿੱਸੇ ਕਹਿੰਦੇ ਜੋੜ ਦਿੱਤੇ ਆ। ਮੁਕਾਬਲਾ ਵੇਖਣ ਵਾਲਾ ਨਵੀਂ ਸ਼ੀਰਿਆ, ਮੈਚ ਵੀ ਫੱਡਾ ਖੇਡਿਆ ਜਾ ਰਿਹਾ, ਟੀਮਾਂ ਨੇ ਕਹਿੰਦੇ ਚੋਟੀ ਵੀ ਆ ਫੱਡੇ ਮਾਲਾ ਇਹਦੇ ਫੱਡੇ ਕਪੜੇ। ਨਾਲ ਸਾਹਮਣੇ ਬਾਲ ਫੇਰ ਕਮਲ ਭਰਾ ਸਾਡਾ, ਉਹ ਵੀ ਲੱਖੀ ਨੇ ਕਿਵੇਂ ਕਰਦੀ ਯਾਰ, ਜਿਹੜਾ ਪੌਂਡਾ ਕਰ ਉਹਦੇ ਪਰਿਵਾਰ ਵੀ ਬਹੁਤ ਬੜਾ ਧੰਨਵਾਦ। ਕਮਲ ਸਾਡਾ ਵੀਰ ਹੈ, ਬੜਾ ਧੰਨਵਾਦ ਹੈ। ਬਾਲ ਲਵੀ ਸ਼ੀਰੇ ਫੇਰ ਪੈਣੀ ਆ ਰਹੀ ਹੈ, ਨਾਲ ਸਾਹਮਣੇ ਬਾਲ ਪੌਂਦਰੀ ਮੁੰਡਾ ਫੇਰ ਤਿਆਰ ਆ। ਜੇ ਕਿਸੇ ਵੀਰ ਨੇ ਉਹਦੀ ਹੈਲਪ ਕਰਨੀ ਹੈ ਮੇਰੇ ਕੋਲੋਂ ਨੰਬਰ ਲੈ ਸਕਦਾ ਜਾਂ ਮਣੀ ਮਸੀਤਾ ਨਾਲ ਸੰਪਰਕ ਕਰ ਸਕਦਾ। ਨਾਲ ਸਾਹਮਣੇ ਮੈਂ ਜਿਹੜਾ ਕਹਿੰਦੇ ਚੋਟੀ ਦਾ ਚੱਲਦਾ ਮੇਰੇ ਵੀਰੋ, ਆਏ ਬੋਦੀ ਕਹਿੰਦੇ ਚੜਿੱਕ ਦੀ ਧਰਤੀ ਦਾ, ਇਹ ਸਾਹਮਣੇ ਮੁੰਡਾ ਦਨੋਦੇ ਵਾਲਾ ਇਸ ਵੇਲੇ ਕਹਿੰਦੇ ਤਿਆਰ ਬਰ ਤਿਆਰ ਹੈ। ਹਰਿਆਣੇ ਤੇ ਪੰਜਾਬ ਦੀ ਟੱਕਰ ਹੈ, ਇੱਕ ਪਾਸੇ ਜ਼ਿਲ੍ਹੇ ਮੋਗੇ ਵਾਲੇ ਮੁੰਡੇ ਹੈ ਤੇ ਟੀਮ ਅੱਜ ਕਹਿੰਦੇ ਉਹ ਬੜਾ ਤਕੜਾ ਪ੍ਰਦਰਸ਼ਨ ਕਰ ਰਹੀ ਹੈ। ਹੁਣ ਤੇ ਫੜ ਲੈ ਚੰਦਰਿਆ, ਇੱਥੇ ਰੱਖ ਗੱਲਾਂ ਹੁੰਦੀਆਂ ਉਹ ਬੱਚੇ ਨੇ ਬਾਲ ਫੜ ਲਈ, ਬੱਚੇ ਨੇ ਕੋਈ ਨਾ ਬੇਨਤੀ ਹੈ ਮੇਰੀ ਫੈਸਲੇ ਹਾਲੇ, ਕੋਈ ਗੱਲ ਨੀ ਕੋਈ ਗੱਲ ਨੀ, ਨਵੀਂ ਬੱਚਿਆਂ ਨੂੰ ਬੇਨਤੀ ਹੈ ਨਾ ਬਾਲ ਫੜੋ ਭਰਾ ਬਣ ਕੇ, ਥੋੜਾ ਬਾਉਂਡਰੀ ਦੂਰ ਰਹੀ ਹੈ ਮੈਚ ਦੇਖ ਲਓ ਕਿਹੜੀ ਕਮਿਸ਼ਨ ਤੇ ਹੈ ਮੈਚ ਹੈ ਕਿੱਡਾ, ਇਹ ਛੋਟਾ ਮੈਚ ਨੀ ਬਹੁਤ ਵੱਡਾ ਮੈਚ ਹੈ ਹੁੰਦਾ। ਮੇਰੀ ਬੇਨਤੀ ਹੈ ਥੋੜਾ ਗਰਾਊਂਡ ਆਪਾਂ ਕਲੀਅਰ ਰੱਖੀਏ, ਨਵੀਂ ਨਵੀਂ ਮੈਚ ਦੇਖ ਲਓ ਕਿੱਡਾ ਵੱਡਾ, ਹਰ ਗੱਲਾਂ ਹੁੰਦੀ ਹੈ। ਕੈਦ ਉਹਨੇ ਪਹਿਲਾਂ ਹੀ ਹੱਥ ਫੇਰ ਦੇ ਗਈ ਬਾਲ ਨੀ ਦੀਦੀ, ਉਸ ਤੋਂ ਬਾਅਦ ਜਿਹੜੀਆਂ ਗੱਲਾਂ ਹੁੰਦੀਆਂ ਫੈਸਲੇ ਦੇ ਕਿਵੇਂ ਵੱਡੇ ਹੈ। ਲਓ ਸਾਹਮਣੇ ਥੋੜਾ ਭਾਈ ਗਰਾਊਂਡ ਕਲੀਅਰ ਰੱਖੀਏ, ਉਧਰਲੇ ਪਾਸੇ ਖੇਡ ਦੇ ਮੈਦਾਨ ਦੇ ਵਿੱਚ ਬਾਈ ਜੀ ਥੋੜ੍ਹਾ ਥੋੜ੍ਹਾ ਬਾਹਰ ਨੂੰ ਰਹੀ ਆਪਾਂ ਬਾਈ ਬਣ ਕੇ ਪਲੀਜ਼, ਬੇਨਤੀ ਹੈ ਭਰਾਵਾਂ ਦਾ ਬਾਹਰ ਨੂੰ ਰਹੀ ਆਪਾਂ ਬੇਨਤੀ ਹੈ। ਇੱਕ ਅੱਧਾ ਬੰਦਾ ਮੇਰੇ ਨਾਲ ਭੱਜ ਕੇ ਪਾਸੇ ਆਉਂਦਾ ਜਦੋਂ ਜਵਾਕ ਇੱਕ ਦੂਜੇ ਦੇ ਵਿੱਚ ਬਾਈ ਜਾਂਦਾ, ਖੁਸ਼ਕੀਮਤ ਭਰਾ ਸਾਡਾ ਦੇ ਨਾਲ ਜੋ ਸੁਖਮਨ ਭਰਾ ਸਾਡਾ, ਇਹਨਾਂ ਵੱਲੋਂ ਬੱਚੇ ਲਈ ਕਹਿੰਦੇ 5100 ਵੀ ਮਾਲੀ ਸਹਾਇਤਾ ਆਈ ਹੈ, ਬਹੁਤ ਬੜਾ ਧੰਨਵਾਦ ਵਿਸ਼ੇਸ਼ ਤੌਰ ਤੇ ਕਰਦੇ ਆ। ਲਓ ਸਾਹਮਣੇ ਬਾਈ ਜੀ ਫਿਰ ਗਰਾਊਂਡ, ਲਓ ਸਾਹਮਣੇ ਕਹਿੰਦੇ ਪੈਸੇ, ਸੁਖਮਨ ਭਰਾ ਕਹਿੰਦਾ ਵੀ ਬੋਦੀ ਨੂੰ ਇੱਕ ਜੂਸਰ ਦੇ ਦਿਓ, ਇਹ ਵੀ ਮੁੰਡਾ ਤਗੜਾ ਖੇਡਦਾ ਹੈ, ਬੋਦੀ ਲਈ ਕਹਿੰਦੇ ਇੱਕ ਜੂਸਰ ਦੇ, ਵੱਡੇ ਮਾਣ ਕਰੇ ਪੋਜੇ ਹੋ ਗਏ ਹੈ ਸੁਖਮਨ ਭਰਾ ਸਾਡਾ ਨਿਊਜ਼ੀਲੈਂਡ ਆ। ਅਤੇ ਲੱਖੀ ਦੇ ਬੱਚੇ ਦੇ ਲਈ 5100 ਦੇ ਕਹਿੰਦੇ ਵੱਡੇ ਯੋਗਦਾਨ ਆ, ਉਹ ਵੀ ਕਹਿੰਦੇ ਪੋਜੇ ਕਰ ਦਿੱਤੇ ਹੈ, ਬਹੁਤ ਬੜਾ ਧੰਨਵਾਦ ਹੈ। ਬਾਲ ਪੌਂਦਰੀ ਬੋਦੀ ਚੜਿੱਕ ਦੀ ਧਰਤੀ ਦਾ ਇਸ ਵੇਲੇ ਕਹਿੰਦੇ ਤਿਆਰ ਹੈ, ਮੁੰਡਾ
ਕਮਾਲ ਕਰ ਰਿਹਾ ਹੈ ਸ਼ੇਰ ਆਪਣੇ ਹਿੱਸੇ ਉਹਨਾਂ ਨੇ ਕਹਿੰਦੇ ਜੋੜ ਦਿੱਤੇ ਆ ਮੁਕਾਬਲਾ ਫੜਾ ਟੀਮਾਂ ਸਿਰੇ ਵੀ ਆ ਪਟਾਕੇ ਪੈਂਦੇ ਆ ਦੱਸੋ ਜੀ ਕਿੰਨੇ ਬਣ ਗਏ 54 ਤਿੰਨ ਓਵਰ ਲੱਖੀ ਲਵੀ ਸਿਰੇ 54 ਬਣ ਗਏ ਤਿੰਨ ਓਵਰ ਤੇ 54 ਸਕੋਰ ਮੇਰੇ ਕਹਿੰਦੇ ਬਣ ਗਏ ਆ ਤਿੰਨ ਓਵਰ ਤੋਂ ਬਾਅਦ ਸਰਦਾਰ ਪਰਮਜੀਤ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਬਹੁਤ ਬੜਾ ਧੰਨਵਾਦ ਹੈ ਚੌਥੇ ਓਵਰ ਦੀ ਸ਼ੁਰੂਆਤ ਕਰ ਰਹੀ ਆਹ ਮੁੰਡਾ ਜਿਹੜੇ ਮਾਲਸੇਰੇ ਵਿੱਚੋਂ ਚੱਲ ਕੇ ਆਇਆ ਇਹਦਾ ਹੀਰ ਕੇ ਪਿੰਡ ਹੈ ਤੇ ਚੜ੍ਹਦੇ ਹੁੰਦੇ ਆ ਮੁੰਡੇ ਦੀ ਖੇਡਦੇ ਪਰ ਸਾਹਮਣੇ ਕਹਿੰਦੇ ਮਾਂਡੀ ਦੀ ਧਰਤੀ ਦਾ ਉਸਤਾਦ ਕਹਿੰਦੇ ਆ ਦੁਨੀਆ ਇਹ ਤੇਰੀ ਹੈ ਇਹ ਨਰਵਾਣੇ ਵਾਲਾ ਹੈ ਇਹ ਹਰਿਆਣੇ ਵਾਲਾ ਆਹ ਹਰਿਆਣੇ ਦੇ ਮੁੰਡੇ ਪਰ ਅੱਜ ਕਹਿੰਦੇ ਬੱਲੇ ਬੱਲੇ ਕਰਵਾਈ ਆਉਂਦੇ ਆ ਫਾਕੇ ਬੱਲੇ ਬੱਲੇ ਕਰਾਈ ਜਾਂਦੇ ਖੁਸ਼ਕੀਰਤ ਦੇਖੇ ਨੇ ਨਾਲ ਭਰਾ ਸਾਡਾ ਸੁਖਮਨ ਨਿਊਜ਼ੀਲੈਂਡ ਉਹਨੇ ਸਾਡੇ ਭਾਈ ਹੈ ਹਰ ਥੋੜਾ ਕਹਿੰਦੇ ਵੱਡਾ ਧੰਨਵਾਦ ਹੈ ਵੱਡਾ ਯੋਗਦਾਨ ਹੈ ਅੱਜ ਦੇ ਮੇਲੇ ਲਈ ਹਰ ਹੈਲਪ ਵੀ ਭੇਜਦੇ ਆ ਪਰ ਸਾਹਮਣੇ ਪਾਲ ਹਰਸ਼ ਵੀ ਕਹਿੰਦੇ ਪੈਰੀ ਆ ਰਹੀ ਹੈ ਦੂਜੇ ਪਾਸੇ ਉਸਤਾਦ ਕ੍ਰਿਕਟ ਦਾ ਮਾਂਡੀ ਵਾਲਾ ਸੋਹਣੀ ਕੋਸ਼ਿਸ਼ ਆ ਪਰ ਨੇੜੇ ਚਾਰ ਰੁੜ ਗਏ ਆ ਚਾਰ ਰੰਡਾ ਕਦੇ ਹੋਰ ਵਾਧਾ ਉਧਰ ਅੰਮੋ ਸ਼ਰਮਾ ਦੇ ਭਰਾ ਸਾਡਾ ਜਿਹੜੇ ਭਰਾ ਵੱਲੋਂ ਲੱਖੀ ਦੇ ਬੱਚੇ ਨੇ 11,000 ਦੀ ਮਾਲੀ ਮਦਦ ਜਿਹੜੀ ਭੇਜ ਦਿੱਤੀ ਗਈ ਹੈ ਬਹੁਤ ਬੜਾ ਧੰਨਵਾਦ ਕਰ ਰਹੇ ਹਾਂ ਲੱਖੀ ਬਾਈ ਦੇ ਇੱਧਰ ਅੰਮੂ ਬਾਈ ਦੇ ਨਾਂ ਤੇ ਤਾੜੀਆਂ ਮਾਰਦੇ ਜ਼ੋਰਦਾਰ ਹੈ ਅੰਮੂ ਸ਼ਰਮਾ ਦੇ ਭਰਾ ਸਾਡਾ 11,000 ਦੇ ਕਦੇ ਯੋਗਦਾਨ ਉਸ ਬੱਚੇ ਨੇ ਪੂਰੇ ਕਰਨਾ ਹੈ ਬਹੁਤ ਬੜਾ ਧੰਨਵਾਦ ਅੰਮੂ ਸਾਡਾ ਫੀਰ ਮਾਣ ਹੈ ਸਾਡੀ ਜ਼ਿੰਦਗੀ ਦਾ ਬੜਾ ਧੰਨਵਾਦ ਹੈ ਮਾਂਡੀ ਵਾਲਾ ਡੈਣੀ ਹੈ ਇਹਦੇ ਤਿੰਨ ਛੱਕਿਆਂ ਦੇ ਸੁਖਮਨ ਨਿਊਜ਼ੀਲੈਂਡ ਕਹਿੰਦਾ ਐਲਈਡੀ ਦੇ ਦੋ ਇਹਦੇ ਤਿੰਨ ਛੱਕਿਆਂ ਦੇ ਜਿਹੜੀ ਐਲਈਡੀ ਦਿੱਤੀ ਜਾਵੇਗੀ ਇੱਥੇ ਰੱਖਾ ਫੀਲਡਰਾਂ ਨੇ ਤਾੜੀ ਮਾਰੇ ਜ਼ੋਰਦਾਰ ਬੜੀ ਸੋਹਣੀ ਫੀਲਡਿੰਗ ਜਿਹੜੀ ਮੁੰਡੇ ਨੇ ਲਈ ਸਿਰੇ ਨਾਲ ਸਾਹਮਣੇ ਬੱਬੂ ਆ ਕਹਿੰਦੇ ਚਿੜਕ ਦੀ ਧਰਤੀ ਦਾ ਬੱਬੂ ਆ ਨੌਜਵਾਨ ਕਹਿੰਦੇ ਚਿੜਕ ਪਿੰਡ ਵਾਲਾ ਸੋਹਣੀ ਕੋਸ਼ਿਸ਼ ਕਰ ਗਿਆ ਗਗਨ ਬਾਈ ਸਾਡਾ ਕਹਿੰਦੇ ਵਿਸ਼ੇਸ਼ ਤੌਰ ਤੇ ਪੁਜਾ ਹੋਇਆ ਚਿੜਕ ਦੀ ਟੀਮ ਦੀ ਵੱਡੀ ਸਪੋਰਟ ਹੈ ਔਰ ਸਪੌਂਸਰ ਕਰ ਰਿਹਾ ਭਰਾ ਸਾਡਾ ਤੇ ਵੱਡਾ ਧੰਨਵਾਦ ਹੈ ਇਹਦੇ ਤਿੰਨ ਛੱਕਿਆਂ ਤੇ ਕਹਿੰਦੇ ਵੱਡੇ ਮਾਣ ਕੀਤੇ ਜਾਣੇ ਆ ਪਰ ਉਹ ਮੁੰਡਾ ਕਹਿੰਦੇ ਹੀਰ ਕਰੀ ਧਰਤੀ ਦਾ ਬਾਲ ਬੌਂਦਰੀ ਫੇਰ ਇਸ ਲਈ ਕਹਿੰਦੇ ਤਿਆਰ ਵਰ ਤਿਆਰ ਹੈ ਮੈਚ ਚੋਟੀ ਦਾ ਟੀਮਾਂ ਦੋਨੇ ਸਿਰੇ ਦੀਆਂ ਨਾਲ ਸਾਹਮਣੇ ਪੈਂਦੀ ਬਾਲ ਉਧਰਲੇ ਪਾਸੇ ਉਹ ਬਾਹੋ ਸੋਹਣਿਆ ਮੁੰਡਾ ਹੀਰ ਕੇ ਵਾਲਾ ਇਸ ਵੇਲੇ ਕਹਿੰਦੇ ਬਾਲ ਸਿਰੇ ਦੀ ਕਰ ਗਿਆ ਉਹ ਖੇਡ ਦੇ ਮੈਦਾਨ ਦੇ ਵਿੱਚ ਮੈਚ ਟੀਮਾਂ ਸਿਰੇ ਦੀਆਂ ਟੱਕਰ ਟੱਕਰ ਵੱਡੀ ਆ ਬਾਲਾ ਭਾਵੇਂ ਲੱਖ ਪੈਂਦੀ ਆ ਗੱਲ ਆਣ ਛੱਕਿਆ ਦੇ ਮੁੱਕਦੀ ਆ ਬਾਲਾ ਭਾਵੇਂ ਲੱਖ ਪੈਂਦੀ ਆ ਗੱਲ ਆਣ ਛੱਕਿਆ ਦੇ ਮੁੱਕਦੀ ਆ ਗਰਦੇ ਤਾਂ ਲਾਲੀ ਦੱਸਦੀ ਹੈ ਚਿਹਰੇ ਦੀ ਅੱਜ ਦਾ ਵੱਡਾ ਮੇਲਾ ਗੱਲਾਂ ਕਹਿੰਦੇ ਹੁੰਦੀਆਂ ਬਾਲ ਫੇਰ ਮਾਂਡੀ ਵਾਲਾ ਉਸਤਾਦ ਕਮਾਲ ਕਰ ਰਿਹਾ ਹਜੇ ਚਾਰ ਰਵੀ ਮੁੰਡੇ ਦੇ ਜੋਰ ਦੇ ਸ਼ੀਰੇ ਨਾਲ ਸਾਹਮਣੇ ਰਾਂਝੜੇ ਕਹਿੰਦੇ ਚਾਰ ਦੇ ਵਾਅਦੇ ਕਰ ਦਿੱਤੇ ਆ ਖੇਡ ਦੇ ਮੈਦਾਨ ਦੇ ਵਿੱਚ ਵਾਕਈ ਵਾਕਈ ਲਾਲੀ ਲਸ਼ਕਾ ਮਾਰਦੀ ਹੈ ਗੱਲਾਂ ਕਦੇ ਹੋ ਰਹੀਆਂ ਪਰਲੇ ਪਾਸੇ ਦੇਖਾਂ ਵੀ ਅੰਮੂ ਸਰਪੰਚ ਹੈ ਨਾਲ ਕਹਿੰਦੇ ਹੈਰੀ ਹੁਣਾਂ ਦਾ ਧੰਨਵਾਦ ਹੈ ਆਹ ਮੈਚ ਕਹਿੰਦੇ ਚੋਟੀ ਦਾ ਧੀਰੇ ਨੇ ਵੀ ਕਹਿੰਦੇ ਬਲੌਗ ਬਣਾਉਣੇ ਸ਼ੁਰੂ ਕਰਦੇ ਆ ਵੀ ਅੱਜ ਪੀਸੀ ਬਣਦਾ ਕਹਿੰਦੇ ਵੱਡਾ ਲਾਈਵ ਚੱਲਦਾ ਹੈ ਤੇ ਚਰਦੇ ਆ ਕੱਲ੍ਹ ਨੂੰ ਕੋਰੀਅਲ ਦੇ ਵਿੱਚ ਵੱਡਾ ਖੇਡ ਮੇਲਾ ਹਾਂਜੀ ਮਣੀ ਜੀ ਨਾਲ ਸਾਹਮਣੇ ਮੁਕਾਬਲਾ ਚੋਟੀ ਦਾ ਖੇਡਿਆ ਜਾ ਰਿਹਾ ਦੀਪਕ ਨਿਹਾਲ ਸਿੰਘ ਵੀ ਅੱਜ ਦੇ ਮੇਲੇ ਤੇ ਬਹੁਤ ਸੋਹਣਾ ਖੇਡਿਆ ਤੇ ਇੱਕ ਜੂਸਰ ਉਹਨੇ ਵੀ ਭਰਾ ਸਕਦਾ ਸੁਖਮਨ ਕਹਿੰਦੇ ਨਿਊਜ਼ੀਲੈਂਡ ਉਹਨੇ ਵੀ ਇੱਕ ਜੂਸਰ ਪੌਦਾ ਕਰ ਦਿੱਤਾ ਹੈ ਬਹੁਤ ਬੜਾ ਧੰਨਵਾਦ ਹੈ ਅੰਮੂ ਮਾਣ ਹੈ ਸਾਡੀ ਜ਼ਿੰਦਗੀ ਦਾ ਦੁੱਖ ਸੁੱਖ ਦਾ ਸਾਥੀ ਹੈ ਪਰ ਸਾਹਮਣੇ ਬਾਲ ਦੂਜੇ ਪਾਸੇ ਮਸੀਤਾਂ ਵਾਲਿਆ ਹਰਿਆਣੇ ਵਾਲਾ ਦੁਬਈ ਦੁਬਈ ਕਰਦਾ ਫਿਰਦਾ
ਮਾੜੇ ਦੀਆਂ ਮੋਹਰਾਂ ਨਸਲੀਆਂ ਮੱਝਾਂ ਬੜੀਆਂ ਪ੍ਰਸਿੱਧ ਹੈ ਬਾਬਾ ਜੀ, ਪਰ ਡਾਟ ਅੱਜ ਵਾਕਈ ਹਰਿਆਣੇ ਦੇ ਭਲਵਾਨ ਵੀ ਬੜੇ ਪ੍ਰਸਿੱਧ ਹੈ, ਨਹੀਂ ਤੇ ਪੁੱਛ ਕੇ ਵੇਖ ਲਾ ਜਿੰਨੇ ਵੀ ਕੌਡੀ ਖੇਡਦੇ ਆ, ਸ਼ੀਲੂ ਨੂੰ ਕੌਣ ਨਹੀਂ ਜਾਣਦਾ, ਦੁਨੀਆ ਪਿਆਰ ਕਰਦੀ ਹੈ, ਕਦੇ ਰਵੀ ਦੇ ਚਰਚੇ ਹੁੰਦੇ ਆ, ਪਰ ਆ ਮੁੰਡੇ ਕਹਿੰਦੇ ਅੱਜ ਕ੍ਰਿਕਟ ਦੀ ਕਹਿੰਦੇ ਵੱਡੀ ਟੀਮ ਬਣਾ ਕੇ ਲੈ ਕੇ ਆਏ ਹੋਏ ਆ, ਤੇ ਮੁੰਡਾ ਕਹਿੰਦੇ ਮਾਂਡੀ ਵਾਲਾ ਦੁਬਈ 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 ਕਰਦਾ ਫਿਰਦਾ, ਸਾਹਮਣੇ ਪੱਲੇ ਪੱਲੇ ਕਰੇ, ਦੱਸੋ ਜੀ ਕਿੰਨੇ ਬਣ ਗਏ, ਚਾਰ ਓਵਰ 70 ਬਣ ਗਏ ਸ਼ੀਰੇ, ਚਾਰ ਓਵਰ 70 ਬਣ ਗਏ ਆ, ਗੱਲਾਂ ਕਰੀ ਟਿਕਾਣੀ ਲੱਗੀਆਂ ਹੋਈਆਂ, ਵੱਡਾ ਖੇਡ ਮੇਲਾ, ਡੈਣੀ ਮਾਂਡੀ ਲਗਾਤਾਰ ਚਾਰ ਛੱਕੇ ਮਾਰਦਾ, ਕਮਲ ਕਨੇਡਾ ਕਹਿੰਦਾ 1100 ਆਪਣੇ ਵੱਲੋਂ 1100 ਦਿੱਤਾ ਜਾਣਾ ਹੈ, ਬਹੁਤ ਬੜਾ ਧੰਨਵਾਦ ਹੈ ਸਰਦਾਰ ਗੁਰਦੇਵ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ, ਬਹੁਤ ਵੱਡਾ ਯੋਗਦਾਨ ਹੈ ਅਜੇ ਟੂਰਨਾਮੈਂਟ ਦੀ, ਫਿਰ ਕਮਲ ਦੇ ਕਹਿੰਦੇ ਚਾਚਾ ਜੀ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ, ਹੁਣ ਵੀ ਧੰਨਵਾਦ ਕਰਦੇ ਆ, ਬੈਠ ਕੇ ਚੋਟੀ ਦਾ ਚਾਲਾ ਸਾਹਮਣੇ ਖੁਰੀ ਕਹਿੰਦੇ ਫਾਲ ਪਾਲੀ ਫਾਦਾ ਵੱਡਾ ਮਾਲਾ ਸਾਡੀ ਖੇਡਦਾ ਨਾਮ ਕਹਿੰਦੇ ਚੱਲਦਾ ਮੁੰਡੇ ਦਾ, ਗੱਲਾਂ ਜਿਹੜੀਆਂ ਫਟੀਆਂ ਹੁੰਦੀਆਂ, ਪਰ ਦੂਜੇ ਪਾਸੇ ਮੁੰਡਾ ਨਾ ਉਸ ਸਮੇਂ ਚਾਰ ਪਰ ਚਾਰ ਹੈ, ਖਲੋਤੇ ਦੀ ਧਰਤੀ ਹੈ ਹਰਿਆਣੇ ਵਾਲਾ, ਨਾਮ ਕਹਿੰਦੇ ਫਟਾ ਫੈਸਲੇ ਫਟੇ ਹੋਣਗੇ, ਲਓ ਸਾਹਮਣੇ ਗੱਲਾਂ ਬਾਤਾਂ ਜਿਹੜੀਆਂ ਕਹਿੰਦੇ ਟਿਕਾਣੇ ਲੱਗਦੀਆਂ, ਲਓ ਸਾਹਮਣੇ ਤੇਰੇ ਕਾਲਿਆ ਚੜੇ ਕਾਲਿਆ, ਡਰ ਲੱਗਦਾ ਉੱਤੇ ਸਿੱਟਣ ਨੂੰ, ਆਏ ਨਾ ਕਰ, ਮੈਚ ਵੀ ਸੇਮੀ ਆ, ਟੀਮ ਵੀ ਦੋਤੇ ਵੀ ਆ, ਤੇ ਟੀਮ ਵੀ ਕਹਿੰਦੇ ਭਾਰੀ ਬਣੀ ਹੋਈ ਹੈ, ਚਲੋ ਸਾਰੇ ਭਰਾ ਜੀ ਇਹਨਾਂ ਨੇ ਤੇਜ਼ ਲਾਈਕ ਫੋਲੋ ਨਹੀਂ ਕੀਤਾ, ਤੇਜ਼ ਜ਼ਰੂਰ ਲਾਈਕ ਫੋਲੋ ਕਰ ਲਓ ਵੀਰੇ, ਬੱਬੂ ਬਾਈ ਬੱਲੇ ਬੱਲੇ ਕਰਾਈ ਹੈ, ਸਭ ਤੱਕ ਤੂੰ ਬੜੇ ਤੋਂ ਮੇਲਾ ਜਿੱਤ ਗਏ, ਜਿਹੜੀ ਬੱਲੇ ਬੱਲੇ ਕਰਵਾਈ ਹੈ ਬਾਮਣਾਂ ਨੇ, ਸਾਲ ਤਖਤੂ ਬੜੇ ਤੋਂ 61,000 ਜਿੱਤ ਗਏ, ਵਾਕਈ ਕਹਿੰਦੇ ਬਾਮਣ ਵਾਲੀਆਂ ਨੇ ਤਖਤੂ ਬੜੇ ਜਿਹੜੇ ਬੱਲੇ ਬੱਲੇ ਕਰਾਈ ਹੈ, ਉਹ ਦੇਖ ਲਾ ਸੀ ਬੱਬੂ ਬਾਈ ਬੱਬੂ ਕੁਲਫੀ ਤਾਂ ਨੀ ਖਾਣੀ, ਸਾਹਮਣੇ ਮੈਂ ਜੀ ਚੋਟੀ ਨਾ ਖੇਡਦੇ ਮੈਦਾਨ ਦੇ ਵਿੱਚ, ਬਾਈ ਜੀ ਬੇਨਤੀ ਹੈ, ਹਾਂ ਜਿਹੜਾ ਪਿੱਛੇ ਕਾਠਾ ਥੋੜ੍ਹਾ ਜਿਹਾ ਘੱਟ ਕਰਦੀ ਹੈ ਤਾਂ ਬੜੀ ਵਧੀਆ ਗੱਲ ਹੋਵੇਗੀ, ਕਾਕਾ ਭਰਾ ਹੈ ਸਾਡਾ, ਕਹਿੰਦਾ ਹੁੰਦਾ ਸੁਖੀ ਨੂੰ ਵੀ ਪਿੱਛੇ ਤੋਂ ਦੇਖੋ, ਲਓ ਸਾਹਮਣੇ ਮੈਚ ਕਰੀ ਚੋਟੀ ਦਾ, ਇਹ ਵੀ ਕਾਕਾ ਤੇਰਾ ਵੀ ਧੰਨਵਾਦ ਹੈ, ਜਿੱਥੇ ਵੀ ਬਿੱਟੂ ਕਹਿੰਦਾ ਮਰਜ਼ੀ ਜਾ ਵੜੇ, ਕਹਿ ਦਿੰਦਾ ਵੀ ਕੋਈ ਗੱਲ ਨਹੀਂ ਤੇਰੇ ਖਾਤੇ ਲਿਖ ਦਿੰਦੇ ਹੈ, ਪਰਲੇ ਪਾਸੇ ਸਾਹਮਣੇ ਬੜਾ ਫਲੇ ਬਲੇ ਕਰਵਾਉਂਦਾ ਹੋਇਆ ਖੇਡ ਦੇ ਮੈਦਾਨ ਵਿੱਚ ਮਿਲ ਰਹੇ ਮੁਕਾਬਲਾ, ਚੋਟੀ ਰਾਜ ਦੇ ਛੇ ਉਹਨਾਂ ਨੇ ਆਪਣੇ ਹਿੱਸੇ ਕਹਿੰਦੇ ਜੋੜ ਦਿੱਤੇ ਹੈ, ਧੰਨਵਾਦ ਧੰਨਵਾਦ ਸਤਿਕਾਰ ਉੱਚੇ ਸਾਹਮਣੇ ਦੇ ਪਾਸੇ ਸੁਖਮਨ ਭਰਾ ਸਾਡਾ ਕਰੇ ਨਿੱਜੀ ਰੇਡ ਵਾਲਾ, ਦੋਨੇ ਬੁਲਾਰਾ ਨੇ ਕਹਿੰਦੇ 5-5 ਸੋਨੇ ਵੱਡੇ ਮਾਰਦੇ ਪਿਛੇ ਤਾਦੇ ਧੰਨਵਾਦ ਕਰ ਰਹੇ ਹੈ, ਸਾਡਾ ਭਰਾ ਕਹਿੰਦੇ ਬਹੁਤ ਵੱਡੇ ਮਾਣ ਪਿਆਰ ਪੁੱਜੇ ਕਰਦਾ, ਮੈਚ ਚੋਟੀ ਦਾ ਅਲਟਰਾ ਟੈਕ ਵਾਲੇ ਆਏ ਹੈ, ਮੁਸੀਬਤਾਂ ਵਾਲਿਆ ਪਹਿਲੇ ਦਿਨ ਕੇਲਿਆਂ ਦਾ ਲੰਗਰ ਲਾਇਆ, ਅੱਜ ਫਰੂਟੀਆਂ ਤੇ ਜਲ ਜੀਰਾ ਬੰਨੀ ਹੈ, ਅਲਟਰਾ ਟੈਕ ਵਾਲੇ ਭਰਾ ਸਾਡੇ ਬਹੁਤ ਬੜਾ ਧੰਨਵਾਦ ਹੈ, ਮਜ਼ਬੂਤੀ ਦੀ ਗਰੰਟੀ ਵੀ ਦਿੰਦੇ ਹੈ ਤੇ ਨਾਲ ਫਰੂਟੀਆਂ ਵੀ ਦਿੰਦੇ ਹੈ,
ਜ਼ਿੰਦਗੀ ਦਾ ਹਰ ਕਦੇ ਕੋਲ ਕਮਲ ਭਰਾ ਸਾਡਾ ਕਹਿੰਦੇ ਬੜਾ ਧਰਮ ਹਕੀਮ ਮਰ ਗਏ ਰਮਨ ਮੁੰਡਾ ਕਹਿੰਦੇ ਨਾਲ ਨੀ ਜੋਤ ਕਹਿੰਦੇ ਔਖ ਭਰਾ ਸਾਡਾ ਉਹ ਵੀ ਕਹਿੰਦੇ ਲਾਈਵ ਚੱਲਦਾ ਜੀ ਟੋਗਾ ਖੁਸ਼ਕੀਰਤ ਭਰਾ ਸਾਡਾ ਨਾਲ ਸਾਹਮਣੇ ਇੱਧਰ ਭੱਜ 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 ਹਾਏ ਹੋਵੇ ਰੱਬਾ ਤੇਰੇ ਕਾਲਾ ਦੇਖਦਾ ਕੀ ਕਰਦਾ ਫਿਰਦਾ ਆਹ ਸਾਹਮਣੇ ਰੰਗੜੇ ਚਾਰ ਦੇ ਵਾਧੇ ਇਸ ਵੇਲੇ ਕਦੇ ਜੁੜ ਗਏ ਹੈ ਮੈਚ ਚੋਟੀ ਦਾ ਟੀਮਾਂ ਸਿਰੇ ਦੀਆਂ ਖੇਡਦੀਆਂ ਗੋਲ ਗੱਪਿਆਂ ਦਾ ਫਰੂਟੀਆਂ ਦਾ ਜਲ ਜੀ ਆਈਸਕ੍ਰੀਮ ਦਾ ਲੰਗਰ ਚੱਲੀ ਜਾਂਦਾ ਅੱਜ ਦੇ ਪਟਾਕੇ ਪਈ ਜਾਂਦੇ ਆ ਵੀ ਅੰਮੋ ਧੁੱਪ ਰੰਗ ਕਾਲਾ ਹੋ ਜਾਣਾ ਗੱਲਾਂ ਹੁੰਦੀਆਂ ਪਟਾਕੇ ਪੈਂਦੇ ਆ ਦੱਸੋ ਜੀ ਕਿੰਨੇ ਬਣ ਗਏ ਅਗਲੀ ਓਵਰ ਦੀ ਸ਼ੁਰੂਆਤ ਖੇਡ ਦੇ ਮੈਦਾਨ ਦੇ ਵਿੱਚ ਗੁਰੀ ਕੌਣ ਗੁਰੀ ਸੰਦੀਪ ਸੰਦੀਪ ਆ ਗਿਆ ਚੜੇਕਰੀ ਧਰਤੀ ਦਾ ਬਾਲ ਪੌਦਰੀ ਖਿਡਾਰੀ ਕਹਿੰਦੇ ਤਿਆਰ ਵਾ ਤਿਆਰ ਹੈ ਮਸੀਤਾ ਵਾਲੇ ਇੱਧਰ ਅਲਟਰਾਟੈਕ ਵਾਲੇ ਆਏ ਹੈ ਪਟਾਕੇ ਪੂਰੇ ਪੈਂਦੇ ਆ ਵੱਡਾ ਕਾਪਾ ਸੰਗਤ ਪਹੁੰਚੀ ਹੋਈ ਹੈ ਉਧਰ ਗੁਰ ਕਮਲ ਦੇ ਤਾਇਆ ਜੀ ਸਰਦਾਰ ਗੁਰਤੇਜ ਸਿੰਘ ਜੀ ਸਾਡੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰ ਕਮਲ ਸਾਡਾ ਵੀਰ ਹੈ ਕਹਿੰਦੇ ਜਿਹਨੇ ਧੂੜ ਕੱਢੀ ਹੋਈ ਆ ਨੋਟਾਂ ਵਾਲੀ ਤੇ ਕਹਿੰਦੇ ਆਪਣੇ ਭਰਾਵਾਂ ਨਾਲ ਜਾ ਕੇ ਵੱਡਾ ਮੇਲਾ ਕਰਵਾ ਦਿੱਤਾ ਮੇਰੇ ਵੀਰੋ ਗੁਰ ਕਮਲ ਸਾਡਾ ਵੀਰ ਕਹਿੰਦੇ ਕੈਨੇਡਾ ਵਾਲਾ ਉਹਨਾਂ ਦੇ ਤਾਇਆ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਮੈਚ ਚੋਟੀ ਦਾ ਸੰਦੀਪ ਬਾਲ ਪੌਦਰੀ ਕਹਿੰਦੇ ਤਿਆਰ ਵਾ ਤਿਆਰ ਹੈ ਇਹ ਆ ਚੜਕਰੀ ਕਹਿੰਦੇ ਧਰਤੀ ਦਾ ਰੌਣਕ ਕਹਿੰਦੇ ਸਾਹਮਣੇ ਲੱਗੀ ਹੋਈ ਆ ਤੇ ਚਾਰ ਸਵੇਰੇ ਕਹਿੰਦੇ ਠੱਠ ਵਜਿਆ ਹੋਇਆ ਹੈ ਰੌਣਕ ਕਹਿੰਦੇ ਬੰਦੀਆਂ ਲੱਗੀਆਂ ਹੋਈਆਂ ਬਾਲ ਪੌਦਰੀ ਫੇਰ ਮੁੰਡਾ ਕਹਿੰਦੇ ਤਿਆਰ ਵਾ ਤਿਆਰ ਹੈ ਆਹ ਸਾਹਮਣੇ ਦੇਖਾਂਗੇ ਵੀ ਦੋਤੇ ਵਾ ਹਰਿਆਣੇ ਵਾਲਾ ਕਹਿੰਦੇ ਕੋਸ਼ਿਸ਼ ਕਰਦਾ ਇਧਰਲੇ ਪਾਸੇ ਬੱਬੂ ਹੈ ਮੁੰਡਾ ਚੜਕ ਵਾਲਾ ਬਾਲ ਫੀਲਡ ਕਰਦਾ ਸਾਹਮਣੇ ਸਾਹਮਣੇ ਬਾਕੀ ਬੈਠੇ ਰਾਜੇ ਕਾਲਾ ਪੈ ਗਿਆ ਵੇ ਅੱਬੂਆ ਤੇਰੇ ਫਿਕਰ ਵੀ ਮਾਰੀ ਗੱਲਾਂ ਕਹਿੰਦੇ ਹੁੰਦੀ ਹੈ ਪਰ ਹੁੰਦੇ ਸਣਕਰੀ ਬਣਾ ਦਿਆਂਗੇ ਕਿਉਂਕਿ ਵੱਡੇ ਮਾਣ ਹੈ ਅੱਠ ਨੌ ਸੌ ਵੀ ਸਾਨੂੰ ਗੱਲ ਨੀ ਕੋਈ ਨੀ ਸਾਹਮਣੇ ਬਾਲ ਸੰਦੀਪ ਵੀ ਪੈ ਰਹੀ ਹੈ ਆਈ ਦਾ ਮੇਰਾ ਲਾ ਵੀ
ਸ਼ੀਰਾ ਸਿਫਤ ਬਣਦੀ ਕਹਿੰਦੇ ਐਨ ਆਰ ਆਈ ਭਰਾਵਾਂ ਦੀ ਨਾਲ ਭਰਾ ਸਾਡੇ ਮੰਗਲ ਹੋਣੀ ਸੁਖਮਨ ਹੋਣੀ ਨਾਲ ਕਹਿੰਦੇ ਖੁਸ਼ਕੀਰਤ ਕਮਲ ਹੈ ਅੱਜ ਕ੍ਰਿਕਟ ਲਈ ਉਹਨੇ ਬਹੁਤ ਕੁਝ ਕੀਤਾ ਪਿੰਡਾਂ ਲਈ ਤੇ ਇਹਨਾਂ ਲਈ ਕਹਿੰਦੇ ਸ਼ਬਦ ਮੁੱਕ ਸਕਦੇ ਬਿਲਵਰੀ ਹੋ ਕਿਉਂਕਿ ਭਰਾਵਾਂ ਜਿਹੜੀ ਅੱਜ ਖੇਡ ਕਰਾਈ ਆ ਐਨ ਕਹਿੰਦੇ ਲੋਕ ਗੱਲਾਂ ਕਰਨਗੇ ਕਿ ਪੰਬਲ ਵਾਲੇ ਚ ਸੱਚੀ ਸਿਰਾ ਹੋ ਗਿਆ ਸੱਚੀ ਸਿਰਾ ਹੋ ਗਿਆ ਆਓ ਸਾਹਮਣੇ ਬਾਲ ਪੈ ਰਹੀ ਹੈ ਮਾਂਡੀ ਵਾਲਾ ਉਸਤਾਦ 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 ਹੌਲੀ ਹੌਲੀ ਆਸਟ੍ਰੇਲੀਆ ਵਾਲਾ ਮੰਗਲ ਭਰਾ ਹੈ ਨਾਲ ਕਹਿੰਦੇ ਵੱਡਾ ਤਾਂ ਸਾਰਾ ਮਿਹਰਬਾਨੀ ਦਾ ਨਾਲ ਬੱਬੂ ਵਰ ਗਿਆ ਨਾਲ ਨਵੀਂ ਹੈ ਨਾਲ ਪ੍ਰੀਤ ਹੋਰਾਂ ਦਾ ਕਾਸ਼ ਹੋਣਾ ਕਾਕੇ ਹੋਣਾ ਦਾ ਸਾਰੇ ਵੀਰਾਂ ਦਾ ਵਿਸ਼ੇ ਤਾਂ ਧਰਵਾ ਯਾਦੂ ਭਰਾਏ ਲਗਾਤਾਰ ਪਹਿਲੇ ਤਿੰਨ ਛੱਕੇ ਸੁਖਮਨ ਨਿਊਜ਼ੀਲੈਂਡ ਖੁਸ਼ਕੀਰਤ ਕੈਨੇਡਾ ਤੇ ਨਾਲ ਭਰਾ ਸਾਡਾ ਮੰਗਲ ਕਹਿੰਦੇ ਆਸਟ੍ਰੇਲੀਆ ਇਹਨਾਂ ਵੱਲੋਂ ਕਹਿੰਦੇ ਬਾਕੀ 21 ਸੋਨੇ ਹੋਣਗੇ ਪਹਿਲੇ ਤਿੰਨ ਛੱਕੇ ਲਗਾਤਾਰ ਮਣੀ ਚ ਰੱਖਦੇ 21 ਸੋਨੇ ਹੋਣਗੇ ਨੌਜਵਾਨਾਂ ਇੱਧਰ ਮਾਲੇ ਵਾਲਾ ਭਰਾ ਸਾਡਾ ਕਹਿੰਦੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹੈ ਬਹੁਤ ਬੜਾ ਧੰਨਵਾਦ ਆ ਸਾਡੇ ਵੀਰ ਦਾ ਹੈ ਔਰ ਇਹਦਾ ਵੀ ਜ਼ਰੂਰ ਮਾਨ ਤਾਨ ਕਰਦਾ ਮਾਲੇ ਵਾਲੇ ਕਹਿੰਦੇ ਦੋ ਤਿੰਨ ਆਣਿਆਂ ਦੇ ਦੋਨੇ ਤਿੰਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹੈ ਇਧਰ ਇੱਕ ਕਾਨਣਾ ਮੋਟਰਸਾਈਕਲ ਖੇਡ ਰਿਹਾ ਇੱਕ ਪੁੱਠੀਆਂ ਸਿੱਧੀਆਂ ਸਾਲਾਂ ਲਾਈਆਂ ਸ਼ੀਰ ਬਰਾੜ ਪ੍ਰੈਸ ਪੋਟਰ ਜੀ ਬਹੁਤ ਬੜਾ ਧੰਨਵਾਦ ਆ ਕਮਲ ਦੇ ਚਾਚਾ ਜੀ ਬੜਾ ਧੰਨਵਾਦ ਕਰਦੇ ਹੈ ਬਣੀ ਮਣੀ ਨਾਲ ਕੀ ਨਾਲ ਤੇਰੇ ਚੋਟੀ ਦਾ ਗੱਲਾਂ ਫੱਟੀਆਂ ਹੁੰਦੀਆਂ ਮੇਰੇ ਜੇ ਫੈਸਲੇ ਵੱਡੇ ਹੈ ਪਹਿਲੀ ਬਾਤ ਹੈ ਛੱਕਾ ਤੇ ਪਹਿਲੀ ਬਾਤ ਹੈ ਵਿਕਟ ਐਲਈਡੀ ਕਰਦੇ ਪਹਿਲੀ ਬਾਤ ਹੈ ਛੱਕਾ ਤੇ ਪਹਿਲੀ ਬਾਤ ਹੈ ਵਿਕਟ ਜਗਸੀਰ ਐਲਈਡੀ ਕਰਦੇ ਐਲਈਡੀ ਜਿੱਤੀ ਜਾਣੀ ਆਏ ਸਾਹਮਣੇ ਮੈਚ ਕਰੇ ਚੋਟੀ ਨੇ ਮੇਰੇ ਵੀਰੇ ਵੀ ਅੰਮੂ ਹੈਗਾ ਸ਼ਰਵਾਤਾ ਲੋਕ ਸ਼ਰਵਾਤਾ ਨੇ ਟੈਨਸ਼ਨ ਨਾ ਲਿਆ ਕਰ ਤਗੜਾ ਰਹਿ ਕਰ ਗੱਲਾਂ ਹੁੰਦੀਆਂ ਮਤਰਾਂ ਦੇ ਹੁੰਦਿਆਂ ਤੈਨੂੰ ਕਾਹਦੀ ਪਰਵਾਹ ਵਾਕਈ ਵਾਕਈ ਪਰਵਾਹਾਂ ਕਰਨ ਦੀ ਲੋੜ ਹੀ ਨੀ ਅੰਮੂ ਭਰਾ ਆਇਆ ਹੋਇਆ ਵੱਡਾ ਧੰਨਵਾਦ ਕਰ ਰਹੇ ਹੈ ਇਧਰਲੇ ਪਾਸੇ ਦੇਖਾਂਗੇ ਵੀ ਮੈਚ ਕਹਿੰਦੇ ਚੋਟੀ ਦਾ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਖਾਕੀ ਨੂੰ ਦੇਤਾ ਚੰਦਰਿਆ ਕੈਚ ਕੀਤਾ ਬਾਈ ਨੇ ਪਿੰਡ ਪੁੱਛ ਲਿਆ ਕਿਹੜਾ ਬਾਈ ਦਾ ਲੰਡੇ ਪਿੰਡ ਹੈ ਲੈ ਵੀ ਬਾਈ ਚੌਦਾਂ ਰਹਿ ਆਪਾਂ ਵੀ ਕਹਿੰਦੇ 10-12 ਪੱਖੇ ਲੈ ਆਈਏ ਵਾਕਈ ਵਾਕਈ ਉਹ ਲਾਉਣ ਵਾਸਤੇ ਕਹਿੰਦਾ ਹਾਂ ਟੈਂਟ ਦੇ ਆਸੇ ਪਾਸੇ ਲਾਉਣੇ ਹੈ ਲਾਉਣ ਗਈਆਂ ਧੀਆਂ ਦੋ ਸਾਈਡ ਤੇ ਆ ਗੱਲ ਚੰਗੀ ਨਹੀਂ ਲੱਗੀ ਮੋੜਿਆ ਤੂੰ ਸਾਈਡ ਤੇ ਨਿਰਮਲ ਬਾਬਾ ਜੀ ਵਾਕਈ ਵਾਕਈ ਪਤਾ ਹੱਥ
ਅੱਛਾ ਇਹ ਪਤਾ ਜੋਤੀ ਨਾਲ ਫਿਰਦਾ ਇਹ ਜੋਤੀ ਨਾਲ ਫਿਰਦਾ ਤਾਂ ਸੈਰ ਸੈਰ ਦੇ ਰਹਿੰਦੇ ਇਹ ਕਰੀ ਚਲੋ ਸ਼ੇਅਰ ਸਾਰੇ ਭਰਾ ਜਿੰਨੇ ਭਰਾ ਲਈ ਦੇਖ ਰਹੇ ਜਿਨ੍ਹਾਂ ਨੇ ਪੇਜ ਲਾਈਕ ਫੋਲੋ ਨਹੀਂ ਕੀਤਾ ਪੇਜ ਜ਼ਰੂਰ ਲਾਈਕ ਫੋਲੋ ਕਰ ਲਓ ਕਿਹਦਾ ਬਾਲਾਂ 'ਚ ਮਿੱਟੀ ਹਾਂ ਸਾਹਮਣੇ ਖੇਲਾ ਹੁੰਦੀ ਹੈ ਜੋਤੀ ਹਾਂ ਗੱਗੂ ਅੱਜ ਵੀ ਅੱਜ ਦਾ ਸਮਾਂ ਲੰਘ ਗਿਆ ਮੱਤੇ ਵਾਲਿਆ ਇਹਦਾ ਬਾਲਾਂ 'ਚ ਮਿੱਟੀ ਭਰੀ ਹੈ ਲਫਾਫਾ ਪਿਆਜ਼ੀ ਬਰਗਰ ਕਿੱਧਰ ਗਿਆ ਗਾਂ ਉੱਡ ਗਏ ਜਦੋਂ ਪਹਿਲੀ ਬਾਤ ਛੱਕਾ ਵੱਜ ਗਿਆ ਲੜੀ ਲਏ ਗੁਲਾਮ ਸਿੰਘ ਤੁਰਿਆ ਜਾਂਦਾ ਸਮੇਂ ਦੇਖ ਲਾ ਤੁਰੇ ਪਾਸੇ ਮੈਂ ਜੀ ਚੋਟੀ ਦਾ ਟੱਕਰ ਟਕਾਣੀ ਅਜੇ ਬਾਲ ਬੋਲਰੀ ਧਰੋਤੇ ਵਾਲਾ ਇਹ ਨਵਾਂ ਨਵਾਂ ਮੋਟਰਸਾਈਕਲ ਜਿੱਤ ਗਿਆ ਭੂਤ ਭੂਤ ਮੇਰੀ ਫਿਰਦੀ ਆ ਉਹ ਜਿਹੜਾ ਬਾਲਰ ਟਾਵਾ ਟਾਵਾ ਖਾਂਦਾ ਨੂੰ ਪਹਿਲੀਆਂ ਦੋ ਦੇ ਦੱਸਦਾ ਮੁੰਡੇ ਨੇ ਕਹਿੰਦਾ ਸੀ ਚੰਗੇ ਚੰਗਿਆ ਉਹ ਕਹਿੰਦਾ ਚੰਗਿਆਂ ਨੂੰ ਮਾਰੇ ਆ ਉਹ ਕਹਿੰਦਾ ਚੰਗਿਆਂ ਨੂੰ ਮਾਰੇ ਤੱਕੂ ਪਈਆ ਵਾਕਈ ਵਾਕਈ ਕਹਿੰਦੇ ਸਵਾਲ ਵੱਜਣਾ ਥਲੇ ਤੇ ਦੇਖ ਮੁਸੀਬਤਾਂ ਵਾਲਿਆ ਹੁੰਦਾ ਤੇ ਹੁੰਦਾ ਕੀ ਹੈ ਇਹਨੂੰ ਛੋਟੀ ਭੂਤ ਕਹਿੰਦੇ ਫਿਰ ਪਤਾ ਲੱਗਦਾ ਬਾਲਰੂ ਵੀ ਕੋਈ ਪਿੱਛੇ ਪੈਗਾ ਲੱਗਦਾ ਇਹਨੇ ਕਹਿੰਦੇ ਕਹਿਆਰ ਤੂੰ ਇਸੇ ਡਾਲਰ ਵੀ ਦਿੱਤਾ ਉਹ ਪੈਂਦੀ ਬਾਲੇ ਫੈਸਲੇ ਹੁਣ ਗੱਲ ਮਰਦੀ ਸ਼ੀਰਿਆ ਮਸਲਾ ਬਣ ਗਿਆ ਹੁਣ ਤੇ ਮਸਲਾ ਬਣ ਗਿਆ ਏ ਲੈ ਵੀ ਬੱਬੂ ਬਾਈ ਟਾਸ ਕਰਾਰੀਏ ਘੋਲੀਆ ਤੇ ਮਾਰ ਸਾਹਮਣੇ ਵੇਖ ਲੈ ਚੜਕ ਵਾਲਾ ਇਹ ਮਨਪ੍ਰੀਤ ਜਾਓ ਲੈ ਉਧਰ ਜਸਵੀਰ ਸਿੰਘ ਫੌਜੀ ਢਾ ਦੇ ਪਿੰਡ ਵਾਲੇ ਕਹਿੰਦੇ ਵਿਸ਼ੇ ਤੌਰ ਤੇ ਆਏ ਆ ਤੇ ਨਾਲ ਹੀ ਅਲਟਰਾਟੈਕ ਦੀ ਟੀਮ ਬੈਠੀ ਆ ਉਹਨਾਂ ਵੀ ਵਿਸ਼ੇ ਤੌਰ ਤੇ ਧੰਨਵਾਦ ਕਰ ਰਹੇ ਆ ਜਿਨ੍ਹਾਂ ਨੇ ਪਹਿਲੇ ਨਾਲ ਕੇਲਿਆਂ ਦਾ ਲੰਗਰ ਲਾਇਆ ਅੱਜ ਫਰੂਟੀਆਂ ਦਾ ਤੇ ਨਾਲ ਕਹਿੰਦੇ ਜਲ ਜੀਰੇ ਦਾ ਲੰਗਰ ਲਾਇਆ ਅਲਟਰਾਟੈਕ ਦੀ ਸਾਰੀ ਟੀਮ ਦਾ ਵਿਸ਼ੇ ਤੌਰ ਤੇ ਧੰਨਵਾਦ ਕਰ ਰਹੇ ਆ ਕਰੀ ਚਲੋ ਸ਼ੇਰ ਵੀਰੇ ਚੱਲ ਪਿਆ ਮਣੀ ਚੜੈਕ ਵਾਲਾ ਹਰਿਆਣੇ ਤੇ
ਪੰਜਾਬ ਦੀ ਟੱਕਰ ਛੱਕੇ ਹੋਰ ਮਾਰਦੇ ਮੋੜਾ ਕਹਿੰਦਾ 2100 ਦੇ ਦਿਓ 2100 ਦੇ ਦਿਓ 2100 ਪਰ ਸਬਰੇ ਲੱਗਵਾ ਦਾ ਫੈਸਲਾ ਤੇਰਾ ਕਦੇ ਹੋ ਚੁੱਕਿਆ ਮੇਰੇ ਵੀਰੋ ਗੱਲਾਂ ਬਾਤਾਂ ਟਿਕਾਣੇ ਬਾਜੀ ਰਿਵਿਊ ਇੱਕ ਹੀ ਹੈ ਇੱਕ ਰਿਵਿਊ ਹੈ ਤੇ ਜੇ ਗਲਤ ਹੋ ਗਿਆ ਉਸ ਤੋਂ ਬਾਅਦ ਪੋਜ਼ਿਟਿਵ ਰਿਵਿਊ ਨਹੀਂ ਮਿਲੇਗਾ ਸੁਨੀਲ ਇੱਕ ਰਿਵਿਊ ਠੀਕ ਹੈ ਜੀ ਚੈੱਕ ਕਰ ਲਓ ਪੰਪਾ ਸਾਹਿਬ ਰਾਓ ਜੀ ਇੱਕ ਰਿਵਿਊ ਹੈ ਇਹ ਲੋਡ ਕਰ ਲਿਓ ਇੱਕ ਇੱਕ ਰਿਵਿਊ ਹੈ ਧੱਕੇ ਨਾਲ ਦੋ ਨਹੀਂ ਇੱਕ ਰਿਵਿਊ ਬਾਈ ਜੀ ਟੌਸ ਕਰਾਈਏ ਕੱਟ ਲਾ ਕੇ ਉਹਦੇ ਬਸ ਮੇਟ ਹੁੰਦੀ ਮੁਕਤਸਰ ਮਲੋੜ ਦੀ ਹਾਂ ਜੂਸਰ ਬੋਲਿਆ ਸੀ ਆਪਾਂ ਦੀਪਕ ਦਾ ਫਰਗਾਰੀ ਵਾਲਿਆ ਨੈਟ ਮਰਦਾ ਹੀ ਨੀ ਕਿਸੇ ਦੀ ਮੁੜੇ ਮੁੜੇ ਨਵੀਂ ਉਹਨੂੰ ਫੈਸਲਾ ਹੋਇਆ ਨਾ ਫੈਸਲਾ ਹੋਇਆ ਨਾ ਉਹਨੂੰ ਗੋਰੇ ਦਾ ਵੀ ਜੂਸਰ ਵੀ ਸ਼ਾਇਦ ਕਨਫਰਮ ਕਰ ਲਿਓ ਆਓ ਜੀ ਟਾਸ ਕਰ ਲਈਏ ਕਿ ਬੋਰਡਾਂ ਵਾਲੇ ਕਿੱਥੇ ਆ ਬੋਰਡਾਂ ਦੀ ਟੀਮ ਆਈ ਸੀ ਟਾਸ ਕਰਨ ਦੇ ਲਈ ਬੋਰਡ ਕਿਉਂ ਲਿਪੜੀ ਜਾਂਦਾ ਨਜ਼ਾਰਾ ਫੇਰ ਹੀ ਆਉਂਦਾ ਕਿ ਪਹਿਲੀ ਵਾਰ ਤੇ ਬਠਿੰਡੇ ਦੇ ਡਾਕਟਰ ਨੂੰ ਆਊਟ ਕੀਤਾ ਸੀਗਾ ਗੋਰੇ ਨੇ ਉਹ ਵੀ ਮਿਲਣ ਦਾ ਵੀ ਜੂਸਰ ਮਿਲਣ ਦਾ ਸ਼ਰਟ ਲਾ ਸ਼ਰਟ ਛੱਡ ਰਹੀ ਨੀ ਸ਼ਰਟ ਲਾ ਲਾ ਸ਼ਰਟ ਇੱਧਰੋਂ ਬੰਦ ਕਰ ਦੇ ਕਮੇਟੀ ਕਹਿੰਦੀ ਹੈ ਮੇਲਾ ਵੱਡਾ ਕਹਿੰਦੇ ਨਿਰਾਸ਼ ਕੋਈ ਵੀ ਨਹੀਂ ਡਬਲ ਹੀ ਕਰਨਾ ਸਾਰਾ ਕੁਝ ਅੱਜ ਗੱਲਾਂ ਹੁੰਦੀਆਂ ਮੰਗਲਾ ਟੈਨਸ਼ਨ ਨਾ ਲੈਣੀ ਕਹਿੰਦੇ ਵਾਕਈ ਵਾਕਈ ਦੇ ਮੋਗੇ ਦੀ ਟੀਮ ਨੋਟ ਕਰਦੇ ਜੀ ਰਿਵਿਊ ਖਤਮ ਹੈ ਆਹ ਸਾਹਮਣੇ ਦਲੇ ਪਾਸੇ ਖੇਡਦੇ ਮੈਦਾਨ ਦੇ ਵਿੱਚ ਮੈਚ ਕਹਿੰਦੇ ਚੋਟੀ ਦਾ ਆਹ ਬਾਲ ਪੌਂਗਰੀ ਕਹਿੰਦੇ ਇਸ ਵੇਲੇ ਦੇ ਧਿਆਨ ਵੱਲ ਧਿਆਨ ਹੈ ਸਾਹਮਣੇ ਬਾਲ ਪੌਂਗਰੀ ਧਿਆਨ ਕਰਕਾਰੇ ਨੇ ਪਹਿਲੀਆਂ ਤਿੰਨਾਂ ਦੇ ਮੋਹਰਿਆ ਟੈਂਟ 'ਚ ਸਿੱਧੀਆਂ ਮੱਥੇ ਵਾਲਿਆ ਪਹਿਲੀਆਂ ਤਿੰਨਾਂ ਦੇ ਟੈਂਟ 'ਚ ਸਿੱਧੀਆਂ ਬਾਲ ਫੇਰ ਲਿਖਦੇ ਹਰੇਕ ਰਿੰਡੀ ਆ ਲੱਗਦਾ
ਵੀ ਇਹ ਲੈਦਰ ਵੀ ਖੇਡਦਾ ਹੈ, ਦੋਤਿਆਂ ਨੂੰ ਪਤਾ ਲੱਗਦਾ ਵੀ ਇਹ ਮੋਗੇ ਜਿਹੜੇ ਆਉਣੇ ਆ ਦੋਤਿਆਂ ਨੂੰ ਅੰਮੂ ਬਾਈ ਪਤਾ ਲੱਗਦਾ ਵੀ ਇਹਨੂੰ ਦੁਨੀਆਂ ਭੂਤ ਕਹਿੰਦੀ ਹੈ। ਹਰ ਚਰਚਿਆ ਮੁੰਡਿਆਂ ਦੇ ਨਾਲ ਸਾਹਮਣੇ ਜਦੋਂ ਪਾਸੇ ਬਲੇ ਬਲੇ ਕਰਾਉਂਦੀ ਹੈ ਚੋਟੀ ਦਾ ਫਿਰ ਸੁਰਤ ਟਿਕਾਣੇ ਆ ਜਾਣੀ ਚਾਰ ਛੱਕੇ ਦੋ ਨੂੰ ਇੱਕ ਨੂੰ ਧਰਮੇ ਇੱਕ ਚੌਕਾ ਕਿੰਨੇ ਹੋ ਗਏ ਤੀਹ ਬਣ ਗਏ ਪਿੰਡ ਸੂਰ ਘੂਰੀ ਹੈ ਗਗਨ ਬਾਈ ਆਇਆ ਹੋਇਆ ਚਿੜਕ ਦੀ ਟੀਮ ਨੂੰ ਸਪੋਂਸਰ ਕੀਤਾ ਹੈ ਤੇ ਮਣੀ ਦੇ ਲਈ ਕਹਿੰਦੇ 1100 ਗਗਨ ਬਾਈ ਵੱਲੋਂ ਬਹੁਤ ਬੜਾ ਕਹਿੰਦੇ ਧੰਨਵਾਦ ਕਰ ਰਹੇ ਹੈ ਮਣੀ ਦੇ ਕਹਿੰਦੇ 1100 ਹੈ ਨਵੀਂ ਮਸੀਤਾਂ ਵਾਲਿਆ ਸਾਹਮਣੇ ਦੇਖ ਕੌਣ ਆ ਗਿਆ ਇਹ ਕਹਿੰਦੇ ਹੀਰ ਕੇ ਪਿੰਡ ਵਾਲਾ ਮੁੰਡਾ ਅਰਸ਼ ਦਾ ਪਹਿਲਾ ਛੱਕਾ ਬਾਈ ਗਗਨ ਕਹਿੰਦੇ ਸੂਰ ਘੁਰੀ ਵਾਲਾ ਕਹਿੰਦਾ ਵੀ 500 ਸੀਗਾ ਆਪਣੇ ਵੱਲੋਂ ਗਗਨ ਦਾ ਅਰਸ਼ ਦਾ ਪਹਿਲਾ ਛੱਕਾ ਗਗਨ ਬਾਈ ਵੱਲੋਂ ਕਹਿੰਦੇ 500 ਦਿੱਤਾ ਜਾਣਾ ਹੈ ਲਓ ਸਾਹਮਣੇ ਗੱਲਾਂ ਜਿਹੜੀਆਂ ਕਹਿੰਦੇ ਫੜੀਆਂ ਹੋਣੀਆਂ ਵੱਡਾ ਮੇਲਾ ਔਰ ਕਹਿੰਦੇ ਮੁੰਡਾ ਹੀਰ ਕੇ ਪੜਦਾ ਭਰਾਟੇ ਦਾ ਮਾਨਸੇ ਦੇ ਇਲਾਕੇ ਦਾ ਕਹਿੰਦੇ ਖਿਡਾਰੀ ਹੈ ਮੇਰੇ ਵੀਰੋ ਜਿਹੜੇ ਇਲਾਕੇ ਦੇ ਕਹਿੰਦੇ ਫਟੇ ਬੜੇ ਫਟਕਾਰਾਂ ਨੂੰ ਜਿਹੜਾ ਕਹਿੰਦੇ ਜਨਮ ਦਿੱਤਾ ਆਹ ਮਾਨਸੇ ਦੀ ਧਰਤੀ ਹੈ ਗੱਲਾਂ ਜਿਹੜੀਆਂ ਕਹਿੰਦੇ ਹੁੰਦੀਆਂ ਇਹ ਸਿੱਧੂ ਦੇ ਪਿੰਡਾਂ ਦਾ ਮੁੰਡਾ ਕਹਿੰਦੇ ਗੱਲਾਂ ਹੁੰਦੀਆਂ ਮੇਰੇ ਵੀਰੋ ਕਿ ਅਣਖੀ ਨੇ ਗੀਤ ਜੜਦੇ ਸਿਰਾਂ ਤੋਂ ਲੋਹੇ ਚੁੰਨੀਆਂ 21 ਸਾਲ ਦੇ ਤੇਰੇ ਜਟਮੋ ਬਾਈ ਬਾਈ ਕਹਿੰਦੀ ਦੁਨੀਆ 21 ਸਾਲ ਦੇ ਸਾਰੇ ਆ ਗਈ ਹੈ ਕਹਿੰਦੇ ਮੂਸੇ ਵਾਲੇ ਸਿੱਧੂ ਦੇ ਪਿੰਡਾਂ ਚੋਂ ਚੱਲ ਕੇ ਆਇਆ ਵੀ ਰੱਬ ਮੰਨ ਬੈਠੇ ਅੱਖੀਆਂ ਦੇ ਜਾਲੇ ਨੂੰ ਕੌਣ ਸਮਝ ਆਵੇ ਮੂਸੇ ਵਾਲੇ ਨੂੰ ਕੌਣ ਸਮਝ ਆਵੇ ਸਿੱਧੂ ਮੂਸੇ ਵਾਲੇ ਨੂੰ ਰੱਬ ਮੰਨ ਬੈਠੇ ਅਸੀਂ ਅੱਖੀਆਂ ਦੇ ਜਾਲੇ ਨੂੰ ਪਰ ਚੜਿੱਕ ਵਾਲਾ ਮਰਪੀ ਦੇ ਚੋਲ ਫਲੇ ਫਲੇ ਕਰਵਾਉਂਦਾ ਹੋਇਆ ਖੇਡ ਦੇ ਮੈਦਾਨ ਵਿੱਚ ਮਿਲ ਰਹੇ ਫੈਸਲੇ ਵੱਡੇ ਹੁੰਦੇ ਆ ਨਾਚ ਸ਼ਮਸ਼ੇਰ ਸੌਰੀ ਜਗਸੀਰ ਤਗੜਾ ਖੇਡਿਆ ਜਾ ਰਿਹਾ ਆਹ ਕਈ ਦਾ ਕਈ ਕਹਿੰਦੇ ਚੋਟੀ ਦਾ ਮੈਚ ਹੈ ਲੇਵੀ ਮਸੀਤਾਂ ਵਾਲਾ ਮੈਂ ਜਦੋਂ ਟੂਰਨਾਮੈਂਟ ਤੇ ਆਇਆ ਕਰੂੰਗਾ ਉਦੋਂ ਕਹਿਣਾ ਕਰੂੰ ਵੀ ਮੇਰਾ ਨਾਂ ਸ਼ਮਸ਼ੇਰ ਹੀ ਹੈ ਨਾਲ ਸਾਹਮਣੇ ਮੈਚ ਕਹਿੰਦੇ ਚੋਟੀ ਦਾ ਟੀਮਾਂ ਕਹਿੰਦੇ ਪੱਟੀਆਂ ਖੇਡਦੇ ਆ ਤੇਰੇ ਅਰਸ਼ ਹੀਰ ਕੇ ਦਾ ਮਸੀਤਾਂ ਵਾਲੇ ਦੱਸਿਆ ਵੀ ਇਹ ਮੂਸੇ ਵਾਲੇ ਦੇ ਪਿੰਡਾਂ ਕੋਲੋਂ ਚੱਲ ਕੇ ਆਇਆ ਕਦੇ ਉਹ ਕਹਿੰਦਾ ਹੁੰਦਾ ਸੀਗਾ ਵੀ ਜਿਹੜੀ ਵਾੜ ਹੀ ਖਾ ਜੇ ਉਹ ਰਾਖੀ ਕਾਹਦੀ ਜਿਹੜੀ ਚੱਲ ਜੇ ਸਿੱਧੇ ਤੇ ਉਹ ਗੋਗਰਾਸੀ ਕਾਹਦੀ ਚਲਾਕੀ ਕਾਹਦੀ ਸਾਹਮਣੇ ਗੱਲਾਂ ਜਿਹੜੀਆਂ ਹੁੰਦੀ ਹੁੰਦੇ ਚੱਲੀ ਜਾਵੇ ਉਹ ਚੱਲਦਾ ਆਹ ਸਾਹਮਣੇ ਬਾਲ ਫੇਰ ਉਹ ਭਾਈ ਵਾਕਈ ਬਾਕੀ ਤੇ ਐਕਸੀਲੇਟਰ ਦੇ ਪੈਰ ਰੱਖੀ ਫਿਰਦਾ ਕਹਿੰਦੀ ਪਹਿਲੇ ਚ ਇਕੱਲੇ 30 ਸੀ ਤੇ ਦੂਜਾ ਚੱਲੀ ਜਾਂਦਾ ਪਹਿਲੇ ਚ 30 ਸੀ ਤੇ ਦੂਜਾ ਸ਼ੀਰੋ ਵਾਕਈ ਵਾਕਈ ਦੂਜਾ ਵੀ ਔਖਾ ਹੀ ਟੱਪਣਾ ਉਹ ਮੁੰਡਾ ਕਹਿੰਦੇ ਮੰਨੂਵਾਲ ਪੌੜੀ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਗਰੋਥੇ ਦੀ ਕਹਿੰਦੇ ਧਰਤੀ ਆ ਤੇ ਕਹਿੰਦੇ ਚੜਕ ਵਾਲਾ ਫੇਰਿਆ ਮੇਰਿਆ ਲੱਗਦਾ ਮੈਨੂੰ ਉਧਰ ਧੀਰਾ ਵੀ ਕਹਿੰਦੇ ਦੇਖ ਲਾ ਵੱਖੋ ਵੱਖਰੇ ਪੌੜੇ ਲਈ ਜਾਂਦਾ ਉਹ ਧੀਰਾ ਵੀ ਲਈ ਜਾਂਦਾ ਟੱਕਰ ਕਹਿੰਦੇ ਟਿਕਾਣੇ ਦੀ ਹੈ ਮੈਚ ਚੋਟੀ ਦਾ ਪੈਂਦੀ ਬਾਲ ਇੱਧਰ ਸਾਹਮਣੇ ਸਾਹਮਣੇ ਬਾਲ ਫਾਈਡ ਫਾਈਡ ਫਾਈਡ
ਮਨੂ ਦੀਆਂ ਵਾਲਾ ਪੈਦੀ ਹੈ, ਚਰਿੱਕ ਵਾਲਾ ਮਣੀ ਹੈ ਕਿ ਮਿੱਟੀ ਨਾਲ ਫਰੋਜ ਹੋ ਗਿਆ, ਤੈਨੂੰ ਲੱਭਣੇ ਲਾਲ ਕਵਾਚੇ, ਤਿੰਨ ਰੰਗ ਨਹੀਂ ਲੱਭਣੇ, ਹੁਸਨ ਜਵਾਨੀ ਤੀਜਾ ਮਾਪੇ ਨਵੀ ਦਾ ਭਰਾ ਕਦੇ ਗਗਨ ਹੋਣੀ ਉਹ ਵੀ ਪਹੁੰਚੇ ਹੋਇਆ, ਬੜਾ ਧਰਮ ਕਰਦੇ ਆ ਵਿਸ਼ੇਸ਼ ਕਰਦੇ ਮਨੂ ਦੀ ਵਾਲ ਹੈ, ਚਰਿੱਕ ਵਾਲਾ ਤਿਆਰ ਉਹ ਸਾਹਮਣੇ ਕਮਾਲ ਕਮਾਲ ਨਾਲ ਸਾਹਮਣੇ ਦਿਲੇ ਪਾਸੇ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਹੈ, ਉਧਰਲੇ ਪਾਸੇ ਨਵੀਂ ਦਾ ਕਹਿੰਦੇ ਜੁੰਡੀ ਦਾ ਯਾਰ ਅਨਮੋਲ ਸੈਣੀ ਉਹ ਭਰਾ ਕਹਿੰਦੇ ਵਿਸ਼ੇਸ਼ ਤੌਰ ਤੇ ਆਇਆ ਤੇ ਉਹਦਾ ਬਾਲ ਪੇਪਰ ਦੇ ਨਾਲ ਕਹਿੰਦੇ ਸਨਮਾਨ ਜਿਹੜਾ ਕਹਿੰਦੇ ਕੀਤਾ ਜਾਣਾ ਹੈ, ਅਨਮੋਲ ਸੈਣੀ ਸਾਡਾ ਵੀਰ ਹੈ ਉਹ ਵੀ ਭਰਾ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ ਹੈ ਤੇ ਅੱਜ ਕਹਿੰਦੇ ਸਨਮਾਨ ਨਵੀਂ ਵੱਲੋਂ ਕਹਿੰਦੇ ਬਾਲ ਪੇਪਰ ਦੇ ਨਾਲ ਪੜ੍ਹਿਆ ਹੈ। ਵੱਡਾ ਮੇਲਾ ਹੋਵੇ ਤੇ ਕੰਮ ਵੱਡੇ ਹੋਣੇ ਚਾਹੀਦੇ ਜਾਣ ਜੋਗਿਆ, ਇਹ ਤਾਂ ਆਪਣੇ ਤੇ ਡਿਪੈਂਡ ਹੈ, ਧਰਮ ਸਿੱਧੂ ਕਰਨਾ ਕੀ ਹੈ ਇਹ ਤਾਂ ਆਪਣੇ ਤੇ ਹੈ, ਪਰ ਸਾਹਮਣੇ ਮੁੰਡਾ ਪੱਲੇ ਪੱਲੇ ਕਰਦਾ ਹੋਇਆ ਫੈਸਲੇ ਵੱਡਿਆ ਦੱਸੋ ਵਾਕਈ ਮਸੀਤਾਂ ਵਾਲਿਆ ਦੇਖ ਲਾ ਮੁੰਡੀ ਨੇ ਜਿੰਨੀਆਂ ਕੁ ਖੇਡੀਆਂ ਨਾ ਆਪਣਾ ਕੰਮ ਕਰ ਗਿਆ, ਜਿੰਨੀਆਂ ਕੁ ਖੇਡੀਆਂ ਆਪਣਾ ਕੰਮ ਕਰ ਗਿਆ ਮੁੰਡਾ। ਉਧਰਲੇ ਪਾਸੇ ਫੋਟੋ ਵਾਲਾ ਭਰਾ ਵੇ ਜੀ ਧੀਰਾ ਇਧਰਲੇ ਪਾਸੇ ਸਨਮਾਨ ਹੋ ਰਿਹਾ, ਗੋਰਾ ਬੈਰੂ ਕਹਿੰਦਾ ਕਹਿੰਦਾ ਵੀ ਜਿਹੜਾ ਆਪਣਾ ਜੂਸਰ ਆਪਾਂ ਜਿੱਤਿਆ ਉਹ ਪਾਣੀ ਵਾਲੇ ਬਾਬਾ ਜੀ ਲੰਗਿਆਂ ਵਾਲੇ ਉਹਨਾਂ ਨੂੰ ਗਿਫਟ ਦੇ ਵਿੱਚ ਦੇ ਦੇਣਾ, ਇੱਕ ਵਾਰੀ ਤਾੜੀਆਂ ਗੋਰੇ ਬੈਰੂ ਕਹਿੰਦੇ ਨਾ ਦੇ ਵਾਹ ਗੋਰਿਆ ਬਹੁਤ ਬਹੁਤ ਧੰਨਵਾਦ ਗੋਰਾ ਬੈਰੂ ਕੇ ਸਕੋਰ ਦੱਸੀ ਬਾਈ 40 ਬਣ ਗਏ ਜੀ 46 ਦੋ ਵਾਰ 46 ਬਣ ਗਏ ਬਣਾਉਣੇ 109 ਹੈ ਗੱਲਾਂ ਹੁੰਦੀਆਂ ਬੈਠ ਕੇ ਬਾਕੀ ਆ ਹਾਂਜੀ ਜਲਦੀ ਜਲਦੀ ਅੱਗੇ ਸੈਮੀ ਫਾਈਨਲ ਬਾਕੀ ਆ ਜਗਸੀਰ ਵਾਕਈ ਵਾਕਈ ਮੇਰੀ ਬੇਨਤੀ ਹੈ ਵੀਰ ਜੀ ਅੱਗੇ ਸੈਮੀ ਫਾਈਨਲ ਹੋਰ ਰਹਿੰਦਾ ਹੈ ਇੱਕ ਫਾਈਨਲ ਮੈਚ ਜਿਹੜਾ ਹਲੇ ਬਾਕੀ ਆਪਣੇ ਕੋਲੇ ਜਲਦੀ ਦੇ ਨਾਲ ਪਾ ਰਹੀਏ ਜੀ ਬਾਲਾ ਖੇਡ ਦੇ ਮੈਦਾਨ ਦੇ ਵਿੱਚ ਹੀਰ ਕੇ ਦਾ ਕਹਿੰਦੇ ਅਰਸ਼ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਸੂਰ ਘੋੜੀ ਵਾਲਾ ਕਹਿੰਦੇ ਗਗਨ ਮਾਨ ਕਰਦਾ ਮੁੰਡਿਆਂ ਦੇ ਅੱਜ ਕਹਿੰਦੇ ਵੱਡੀ ਟੀਮ ਸਪੋਂਸਰ ਕੀਤੀ ਹੈ ਆਏ ਕਹਿੰਦੇ ਸੁਨੀਲ ਦਰੋਤੇ ਦੀ ਧਰਤੀ ਦਾ ਇਹ ਛੱਕਾ ਟਾਵਾ ਟਾਵਾ ਖਾਂਦਾ ਪਰ ਹੀਰ ਕੇ ਵਾਲਿਆ ਅੱਜ ਇਹਨੂੰ ਪਤਾ ਲੱਗਣਾ ਚਾਹੀਦਾ ਵੀ ਅੱਜ ਉਹ ਬਾਲਾ ਪੰਜਾਬ ਵਾਲੇ ਕਿਸੇ ਸੂਰਮਿਆਂ ਦੇ ਪਾਈਆਂ ਅੱਜ ਬਾਲਾ ਉਹ ਕਿਸੇ ਟੌਪ ਦੇ ਖਿਡਾਰੀਆਂ ਦੇ ਸਿੱਟੀਆਂ ਅੱਜ ਬੰਬਲਿਆਂ ਦੇ ਵਿੱਚ ਖੜਕਾ ਲੜਕਾ ਹੋਇਆ ਨਾਲ ਸਾਹਮਣੇ ਇਸ ਵੇਲੇ ਬਾਲ ਬਾਉਂਡਰੀ ਮੁੰਡਾ ਕਹਿੰਦੇ ਤਿਆਰ ਬਰ ਤਿਆਰ ਹੈ ਇਹ ਸੁਨੀਲ ਹੈ ਬਾਈ ਜੀ ਸਮਾਂ ਪਲੀਜ਼ ਸੁਨੀਲ ਬਾਈ ਬਾਈ ਜੀ ਜਿਹੜੇ ਟੈਂਟ ਥੱਲੇ ਲਾਈ ਵਾਲੇ ਕੋਲੇ ਖੜੇ ਆ ਕਿਰਪਾ ਕਰਕੇ ਪਲੀਜ਼ ਸਾਡੇ ਪ੍ਰਬੰਧਕ ਕਹਿੰਦੇ ਵੀ ਜਗ੍ਹਾ ਕਲੀਅਰ ਕਰ ਦਈਏ ਗਰਾਊਂਡ ਕਲੀਅਰ ਰੱਖੀਏ ਮੇਰੀ ਬੇਨਤੀ ਹੈ ਬਾਲ ਪੈ ਰਹੀ ਹੈ ਅੰਮੂ ਹੋਣੀ ਕਹਿੰਦੇ ਹੈਰੀ ਵੀ ਕਹਿੰਦੇ ਜੇ ਦਰੋਬਾ ਜਿੱਤੀ ਹੈ ਪੰਜਾਬ 'ਚ ਕਿਸੇ ਵੱਡੇ ਮੈਨੂੰ ਸਪੌਂਸਰ ਕਰ ਦਾਂਗੇ ਪਰ ਟੈਂਗੋ ਨਹੀਂ ਹੋਣ ਦਿੰਦਾ ਸੁਨੀਲ ਬੱਲੇ ਬੱਲੇ ਕਰਾ ਰਿਹਾ ਹੈ ਸੁਨੀਲ ਬੱਲੇ ਬੱਲੇ ਕਰਾ ਰਿਹਾ ਹੈ ਬਾਈ ਜੀ ਮੇਰੀ ਬੇਨਤੀ ਹੈ ਜਿਹੜੇ ਬਾਉਂਡਰੀ ਲਾਈਨ ਦੇ ਬਿਲਕੁਲ ਨਾਲ ਖੜੇ ਹੈ ਕਿਰਪਾ ਕਰਕੇ ਆਪਾਂ 2-2 ਫੁੱਟ ਥੋੜ੍ਹਾ ਜਿਹਾ ਪਿੱਛੇ ਨੂੰ ਹਟ ਜਾਈਏ ਤਾਂ ਬੜੀ ਵਧੀਆ ਗੱਲ ਹੋਵੇਗੀ ਜਿਹੜੇ ਬਾਉਂਡਰੀ ਲਾਈਨ ਦੇ ਬਿਲਕੁਲ ਨਾਲ ਖੜੇ ਹੈ ਕਿਰਪਾ ਕਰਕੇ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਖੜ ਜਾਈਏ ਮਣੀ ਨੂੰ ਆਉਣ ਕਿਹੜੇ ਬਾਉਂਡਰੀ ਕੀਤਾ ਸੀ ਮਣੀ ਨੂੰ ਮਨੂ ਨੇ ਮਨੂ ਤੇਰੇ ਲਈ ਜੂਸਰ ਹੈ ਸੁਖਮਾ ਭਰਾ ਸਾਡਾ ਨਿਊਜ਼ੀਲੈਂਡ ਉਹਨਾਂ ਦਾ ਕਹਿੰਦੇ ਮਨੂ ਨੇ ਜੂਸਰ ਦੇ ਵੱਡੇ ਮਾਣ ਹੈ ਗੱਲਾਂ ਜਿਹੜੀਆਂ ਹੁੰਦੀਆਂ ਹੈ ਸਾਹਮਣੇ ਬਾਲ ਪੈ ਰਹੀ ਹੈ
ਪੰਕਜ ਜਰਵੀ ਸਾਡੇ ਉਹ ਵੀ ਛੇ ਤੌਰ ਦੇ ਪੁੱਜੇ ਹੋਏ ਆ ਨਾਲ ਤਰਵੀਰ ਭਰਾ ਸਾਡਾ ਕਹਿੰਦੇ ਟੈਕਨੀਕਲ ਮੈਨੇਜਰ ਜੱਸਾ ਫੌਜੀ ਸਟੋਰ ਵਾਲੇ ਉਹ ਕਹਿੰਦੇ ਵੀ ਛੇ ਤੌਰ ਦੇ ਆਏ ਆ ਤੇ ਬਹੁਤ ਬੜਾ ਧੰਨਵਾਦ ਕਰ ਰਹੇ ਆ ਸਾਡੇ ਸਤਿਕਾਰਯੋਗ ਨੇ ਬਹੁਤ ਬੜਾ ਧੰਨਵਾਦ ਹੈ ਬ੍ਰੈਂਡਿੰਗ ਹੈਡ ਪੰਕਜ ਯਾਦਵ ਜੀ ਤਵਨੀਤ ਟੈਕਨੀਕਲ ਮੈਨੇਜਰ ਜਰਨੈਲ ਸਿੰਘ ਜੀ ਅਕਾਊਂਟੈਂਟ ਜੱਸਾ ਫੌਜੀ ਢਿੱਲੋਂ ਸੀਮਨ ਸਟੋਰ ਬਹੁਤ ਬੜਾ ਧੰਨਵਾਦ ਕਰ ਰਹੇ ਹਾਂ ਭਾਈ ਕੋਈ ਨਾ ਕੋਈ ਨਾ ਬਾਹਰ ਕਰ ਰਹੇ ਡਿਸਕਸ ਮੇਰੀ ਬੇਨਤੀ ਹੈ ਇਕੱਠੇ ਰਹੋਈਏ ਭਾਈ ਜੀ ਮੇਰੀ ਬੇਨਤੀ ਹੈ ਬੈਰ ਸਾਹਿਬ ਜੇ ਆਏ ਰੌਲੇ ਪੈਣ ਲੱਗ ਗਏ ਫਿਰ ਮੈਚ ਹੀ ਹੋਣੇ ਦੋ ਭਾਈ ਜੀ ਤਾਰੀ ਬਾਈ ਲਓ ਯਾਰ ਫੈਸਲਾ ਕੋਈ ਐਂ ਨਾ ਕਰਿਆ ਕਰੋ ਜੇ ਆਪਾਂ ਦੋ ਚਾਰ ਬਾਲਾਂ ਬਾਅਦ ਰਿਵਿਊ ਚੈੱਕ ਕਰਨ ਚਲੇ ਜਾਈਏ ਫਿਰ ਇੱਕ ਦਿਨ ਦੇ ਵਿੱਚ ਚਾਰ ਕੁ ਮੈਚ ਮਸਾਂ ਹੋਇਆ ਕਰ ਰਹੇ ਧਿਆਨ ਦੇਈਏ ਪਲੀਜ਼ ਬੇਨਤੀ ਹੈ ਆ ਗਈ ਆ ਕੀ ਬੋਲ ਹੈ ਰਾਜ ਅਰੋੜਾ ਵੀਰੇ ਸੁਖਦੀਪ ਇਕਬਾਲ ਵੀਰੇ ਭਾਈ ਤੁਸੀਂ ਫੀਲਡਿੰਗ ਲਾ ਲਓ ਡਿਸੀਜਨ ਦੇ ਦੇਣਗੇ ਉਹ ਨਾਲ ਮੰਗਲ ਭਰਾਸਾ ਦੇ ਮੋੜਾ ਇਹਦਾ ਕਹਿੰਦੇ ਭਾਈਆਂ ਤੋਂ ਵੱਧ ਕੇ ਪਿਆਰ ਆਪਸ ਚ ਔਰ ਬਹੁਤ ਬੜਾ ਧੰਨਵਾਦ ਇਹਨਾਂ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਕਰਦੇ ਆ ਭਰਾ ਭਰਾਵਾਂ ਦੀਆਂ ਸਭਾ ਵਾਹਵਾ ਹੁੰਦੇ ਆ ਕੀ ਪਾਣੀ ਪੂਣੀ ਵਾਲਾ ਆਵਾਜ਼ ਮਾਰ ਲੱਗੇ ਬਸ ਹੁਣ ਇੱਥੇ ਵਾਟਰ ਕੂਲਰ ਦੀ ਪੀਸ ਉਹਨਾਂ ਦੇ ਵੇਖ ਇੱਕ ਪਾਣੀ ਵੇਖ ਪਾਣੀ ਹੈਗਾ ਪਿਛਲਾ ਕੇ ਬਈਆ ਚ ਪਾਣੀ ਬੜੇ ਹਿਲੇ ਵਾ ਖਾਲੀ ਬੜਿਆ ਦੇ ਲਿਆ ਦੇ ਪਾਣੀ ਕੋਈ ਬਣ ਕੇ ਬਾਬੇ ਨੂੰ ਆਵਾਜ਼ ਮਾਰ ਪਾ ਹੈ ਬਾਬਾ ਜੈਮਲ ਵਾਲਾ ਬਾਬਾ ਬਸੀਤਾ ਬਾਬਾ ਪਾਣੀ ਪਿਆਰੀ ਗਾ ਵੀ ਕੀ ਫੈਸਲਾ ਜੀ ਤਾਰੀ ਬੰਨ ਆਪਾਂ ਬੰਨ ਆਪਣੇ ਕਿਹੜੇ ਫੈਸਲੇ ਹੋ ਗਏ ਖੇਡ ਦੇ ਮੈਦਾਨ ਦੇ ਵਿੱਚ ਸੁਨੀਲ ਕਹਿੰਦੇ ਤਰੋਤੇ ਦੀ ਧਰਤੀ ਦਾ ਬਾਲ ਪਾਉਂਦੇ ਕਹਿੰਦੇ ਤਿਆਰ ਬਾਰ ਤਿਆਰ ਹੈ ਟੈਂਗੋ 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 ਨਾਲ
ਸਾਹਮਣੇ ਇੱਕ ਹੋਰ ਵੱਡੀ ਵਿਕਟ ਦਾ ਕਹਿੰਦੇ ਪਤਨ ਹੋ ਗਿਆ। ਮਣੀ ਨੇ ਸ਼ੁਰੂਆਤ ਬੜੀ ਵਧੀਆ ਕੀਤੀ ਹੈ ਪਰ ਦੋ ਵਾਰ ਨੇ ਬੱਲੇਬਾਜ਼ਾਂ ਨੇ ਆਹ ਕਹਿ ਸਕਦੇ ਹਾਂ ਠੇਠ ਪੰਜਾਬੀ 'ਚ ਵੀ ਟੱਕਾ ਨਹੀਂ ਤੋੜਿਆ। ਆਓ ਸਾਹਮਣੇ ਦੇਖਾਂਗੇ ਵੀ ਇਸ ਵੇਲੇ ਖਿਡਾਰੀ ਕਿਹੜੇ ਆਊਟ ਹੋ ਗਏ ਵਾਪਸ ਹੈ। ਗੁਰਕਮਲ ਕਨੇਡਾ ਉਹਦੇ ਵੱਲੋਂ ਕਹਿੰਦੇ 11 ਸਰੇ ਵੱਡੇ ਮਾਨ ਜਿਹੜੇ ਕਹਿੰਦੇ ਮਣੀ ਨੂੰ ਆਊਟ ਕਰਨ ਦੇ ਪੁੱਜੇ ਹੈ। ਬਹੁਤ ਬੜਾ ਧੰਨਵਾਦ ਕਰ ਰਹੇ ਹੈ ਸਾਡਾ ਵੀਰ ਹੈ ਕਹਿੰਦੇ ਗੁਰਕਮਲ ਕਨੇਡਾ ਇਹ 11 ਸਰੇ ਵੱਡੇ ਮਾਨ ਮਣੀ ਨੂੰ ਆਊਟ ਕਰਨ ਦੇ ਕਹਿੰਦੇ ਭੇਜੇ ਹੈ। ਸੁਨੀਲ ਕਿਵੇਂ ਬਾਲਾ ਭਰ ਰਿਹਾ ਕਹਿੰਦੇ ਕਾਲੀ ਰਾਵਣ ਪ੍ਰਸੰਨ ਕੀਤਾ ਹਰ ਖਿਲਾ ਜਿਹੜੀ ਹੋਈ ਹੈ ਪਰ ਮੁੰਡਾ ਕਹਿੰਦੇ ਥਲੋਪੇ ਵਾਲਾ ਵੱਡਾ ਮਾਲ ਹੈ ਸਾਡੀ ਖੇਡਦਾ ਪਰ ਦੂਜੇ ਪਾਸੇ ਗੁਰੀ 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 ਪਤਾ ਖਿਡਾਰੀ ਹੈ ਖਿਲਾ ਜਿਹੜੀ ਕਹਿੰਦੇ ਫੜੀਆਂ ਹੋਈ ਹੈ। ਓਵਰ ਸਮਾਪਤ ਹੈ ਦੱਸੋ ਜੀ 3 ਓਵਰ 47 ਬੱਲੇ ਨਾ ਕੋਈ ਸਕੋਰ ਨੀ ਇੱਕ ਸਾਰਾ ਮੇਰਨ ਓਵਰ ਹੈ। ਇੱਕ ਵਾਰੀ ਤਾੜੀਆਂ ਮਾਰ ਦੋ ਮੁੰਡੇ ਲਈ ਸੈਮੀ ਫਾਈਨਲ ਮੈਚ ਇੰਨਾ ਤਕੜਾ ਓਵਰ ਪਾਉਣਾ ਬੜੀ ਵੱਡੀ ਗੱਲ ਹੁੰਦੀ ਹੈ। ਸਾਹਮਣੇ ਇਧਰੇ ਪਾਸੇ ਖੇਡਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਦੇਖਾਂਗੇ ਵੀ ਅਗਲੇ ਓਵਰ ਦੀ ਸ਼ੁਰੂਆਤ ਜਲਦੀ ਦੇ ਨਾ ਲਓ ਸਾਹਮਣੇ ਬਾਈ ਜੀ ਅੱਗੇ ਸੈਮੀ ਰਹਿੰਦਾ ਭਰਾ ਬਣ ਕੇ ਆਪਾਂ 5-5 ਓਵਰ ਦੇਣੇ ਸੀ ਮੁੜ 6 ਵਾਲੀ ਸਲਾਹ ਦਿੱਤੀ ਕਿਹਨੇ ਸੀ ਵੈਸੇ 5-5 ਓਵਰ ਬਣਦੇ ਸੀ ਇੱਥੇ ਕੌਨਫੀਡੈਂਸ ਨਾਲ ਖੇਡੀ ਬਹੁਤ ਹੀ ਚੰਗਾ ਖਰਾਬ ਹੋ ਗਿਆ ਸੀ ਆਪਣੀ ਟੀਮਾਂ ਨਹੀਂ ਆਈਆਂ ਸੀ ਸਿੱਧੀ ਦਾ ਸਿੱਧੀ ਨਹੀਂ ਲੈ ਕੇ ਪਿੱਛੇ ਕੀਤੀ ਵਾ। ਉਧਰਲੇ ਪਾਸੇ ਸੁਖਮਨ ਭਰਾ ਸਾਡਾ ਕਹਿੰਦਾ ਵੀ ਸੁਨੀਲ ਨੂੰ ਐਲਈਡੀ ਦੇ ਦਿਓ ਸੁਨੀਲ ਦੇ ਲਈ ਐਲਈਡੀ ਹੈ। ਆਹ ਸਾਹਮਣੇ ਦੇਖਾਂਗੇ ਵੀ ਇਸ ਵੇਲੇ ਮੁੰਡੇ ਨੇ ਕਦੇ ਕਮਾਲ ਕਰ ਦਿੱਤੀ ਹੈ। ਇਧਰਲੇ ਪਾਸੇ ਆਹ ਕਾਨੇ ਖੇੜੇ ਦਾ ਕਹਿੰਦੇ ਬੇਟਾ ਸ਼ਾਟ ਰਨ ਇੱਕ ਦੋ ਦੂਜੇ ਦੀ ਟਰਾਈ ਹੈ ਇੱਧਰ ਟੀਮਾਂ ਨੂੰ ਰੱਖਣ ਟਾਈਮ ਘੱਟ ਹੋਣ ਕਰਕੇ ਜਿਹੜੇ ਸਾਡੇ ਅੰਪਾਇਰ ਆ ਉਹ ਫੈਸਲਾ ਕਰ ਰਹੇ ਰਿਵਿਊ ਬੰਦ ਹੈ ਹੁਣ ਕਿਸੇ ਵੀ ਮੈਚ ਦੇ ਵਿੱਚ ਕੋਈ ਰਿਵਿਊ ਨਹੀਂ ਲਿਆ ਜਾਵੇਗਾ। ਇਹ ਨੋਟ ਕਰ ਰਹੇ ਸਾਡੇ ਵੀਰ ਜਿਹੜਾ ਅੰਪਾਇਰ ਨੇ ਫੈਸਲਾ ਕਰਤਾ ਉਹ ਮੰਨਣਾ ਪੈਣਾ। ਲਓ ਸਾਹਮਣੇ ਮੋਦੀ ਕਹਿੰਦੇ ਝੜਕ ਦੀ ਧਰਤੀ ਦਾ ਲਓ ਸਾਹਮਣੇ ਬਾਲ ਪਾਲੀ ਮੁੰਡਾ ਕਹਿੰਦੇ ਸਾਹਮਣੇ ਪਿਆਰ ਪਰ ਪਿਆਰ ਹੈ ਪਰ ਝੜਕ ਵਾਲਾ ਕਹਿੰਦੇ ਵੱਡਾ ਮਾਲਾ ਔਰ ਫਲੇ ਬਲੇ ਕਰਾਉਂਦਾ ਹੈ ਇੱਕ ਹੋਰ ਵੱਡੀ ਸਫਲਤਾ ਪੈ ਗਿਆ ਹੈ ਔਰ ਨੈਕਸਟ ਬੱਲੇਬਾਜ਼ ਜਿਹੜਾ ਜਲਦੀ ਆਵੇਗਾ ਮੇਰੀ ਵੀਡੀਓ ਲਾਲ ਸਾਹਮਣੇ ਇੱਕ ਹੋਰ ਵਿਕਟ ਦਾ ਕਹਿੰਦੇ ਪਤਨ ਹੋ ਗਿਆ ਖਿਡਾਰੀ ਕਹਿੰਦੇ ਆਊਟ ਹੋ ਗਏ ਵਾਪਸ ਹੈ। ਆਓ ਜੀ ਅਗਲਾ ਬੱਲੇਬਾਜ਼ ਬੱਬੂ ਆ ਗਿਆ ਝੜਕ ਵਾਲਾ ਮੈਚ ਕਹਿੰਦੇ ਲਗਭਗ ਉਹ ਦਰੋਤੇ ਵਾਲੇ ਕਹਿੰਦੇ ਭਾਰੀ ਪੈ ਗਿਆ ਸੁਨੇਹਾਂ ਦੇ ਵਿੱਚ ਕਿਉਂਕਿ ਸਕੋਰ ਜਿਹੜੇ ਕਾਫੀ ਰਹਿੰਦੇ ਹੈ ਤੇ ਮੁੰਡਾ ਨੇ ਬਾਲਾਂ ਸਰੇਰੀਆਂ ਪਾਤੀਆਂ। ਆਓ ਸਾਹਮਣੇ ਇਸ ਵੇਲੇ ਬਾਲ ਪੌਂਦਰੀ ਕਾਨੇ ਖੇੜੇ ਦੀ ਧਰਤੀ ਦਾ ਕਹਿੰਦੇ ਨੇਤੇ ਇਸ ਵੇਲੇ ਹਰ ਤਿਆਰ ਵਰ ਤਿਆਰ ਆ ਖੇਡ ਰਹੇ ਨੇ। 3 ਓਵਰ 47 ਸੀ ਤੇ 109 ਬਣਾਉਣੇ ਹੈ 3 ਓਵਰ 47 ਸੀ 109 ਬਣਾਉਣੇ ਹੈ। ਲਓ ਸਾਹਮਣੇ ਚੌਥਾ ਓਵਰ ਹੈ ਇਦੋਂ ਬਾਅਦ 10 ਬਾਲਾਂ ਦੀ ਖੇਡ ਜਿਹੜੀ ਕਹਿੰਦੇ ਬਾਕੀ ਰਹਿ ਗਈ ਹੈ। ਦਰੋਪਦੀ ਟੀਮ ਸ਼ਿਕੰਜਾ ਟੈਨ ਕਰੀ ਬੈਠੀ ਹੈ ਮੁੰਡਾ ਕਹਿੰਦੇ ਚੜਿੱਕ ਵਾਲਾ ਤਿਆਰ ਹੈ। ਨਾ ਸਾਹਮਣੇ ਕਹਿੰਦੇ ਦਲੇ ਪਾਸੇ ਕਾਨੇ ਖੇੜਦਾ ਕਹਿੰਦੇ ਅਮਿਤ ਬਾਲ ਪਾਉਂਦਰੀ ਵੱਧ ਆਇਆ ਅਮਿਤ ਦੀਆਂ ਕਹਿੰਦੇ ਬਾਲਾਂ ਪੈ ਰਹੀਆਂ ਤੇ ਸਾਹਮਣੇ ਦੇਖਾਂਗੇ ਵੀ ਬੱਬੂ ਕਹਿੰਦੇ ਤਿਆਰ ਬਰ ਤਿਆਰ ਹੈ ਚੜਿੱਕ ਦੀ ਧਰਦੀ ਰਾ ਤੇ ਬੰਮ ਵਾਲੀਆਂ ਨੇ ਕਹਿੰਦੇ ਵੱਡੀ ਜ਼ਿੰਮੇਵਾਰੀ ਸਾਂਭੀ ਹੋਈ ਹੈ। ਨਾ ਸਾਹਮਣੇ ਪੈਂਦੀ ਬਾਲ ਇਧਰਲੇ ਪਾਸੇ
ਆਹ ਥੱਲੇ ਕਹਿੰਦੇ ਉਸਤਾਦ ਹੈ ਕੈਸ਼ ਹੋ ਗਿਆ ਤੇ ਹੋਰ ਵਿਕਣਾ ਪਤਨਾ ਪੁਲਾਰੀ ਆਊਟ ਹੋ ਕੇ ਵਾਪਸ ਹੈ ਆਓ ਜੀ ਅਗਲਾ ਬੱਲੇਬਾਜ਼ ਜਲਦੀ ਦੇ ਨਾਲ ਅਗਲੇ ਦਾ ਵੀ ਕੈਸ਼ ਹੋ ਗਿਆ ਜੀ ਘੋਲੀਆਂ ਜਿੱਤੀਆਂ ਘੋਲੀਆਂ ਘੋਲੀਆਂ ਨੇ ਕੀ ਕਹਿੰਦਾ ਫਾਲੀ ਕੇ ਬੈਟਿੰਗ ਬੈਟਿੰਗ ਕਰੇਗੀ ਘੋਲੀਆਂ ਦੀ ਟੀਮ ਬੈਟਿੰਗ ਕਰੇਗੀ ਟੀਮ ਖੇਲਾਂ ਜਿਹੜੀ ਕਹਿੰਦੇ ਵਧੀਆ ਬਾਲਾ ਪਾਉਣਗੇ ਮੌੜ ਪਿੰਡ ਵਾਲੇ ਮੁੰਡੇ ਤੇ ਮੇਰੀ ਬੇਨਤੀ ਆ ਦੋਨੇ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ ਇਹ ਰੀਵਿਊ ਸਿਸਟਮ ਜਿਹੜਾ ਉਹ ਬੰਦ ਹੈ ਕਿਉਂਕਿ ਸਮਾਂ ਬਹੁਤ ਘੱਟ ਹੈ ਦੋ ਮੈਚ ਜਿਹੜੇ ਕਦੇ ਬਾਕੀ ਰਹਿੰਦੇ ਹੈ ਬਾਲ ਪਾਉਂਦੀ ਫਿਰ ਮੁੰਡਾ ਕਦੇ ਧਿਆਨ ਵੱਲ ਧਿਆਨ ਖੇਡ ਦੇ ਮੈਦਾਨ ਦੇ ਵਿੱਚ ਅਗਲੇ ਮੈਚ ਦੇ ਲਈ ਧਰਮ ਕਲੇਰ ਤੇ ਭਰਾ ਸਾਡਾ ਕਦੇ ਢੈਪੀ ਵਾਲਾ ਉਹ ਵੀ ਕਦੇ ਤਿਆਰ ਰਹਿਣਗੇ ਲਓ ਸਾਹਮਣੇ ਪੈਂਦੀ ਬਾਲ ਤੇ ਮੁੰਡਾ ਕਦੇ ਤਿਆਰ ਹੈ ਆਹ ਚੜਕ ਪਿੰਡ ਵਾਲਾ ਪਰ ਦੇਖਾਂਗੇ ਇੱਕ ਹੋਰ ਬਾਲ ਜਿਹੜੀ ਕਹਿੰਦੇ ਸਿਰੇ ਦੀ ਕਰ ਦਿੰਦੀ ਹੈ ਉਹ ਪਰ ਸਨਾਪਰ ਹੈ ਅੱਛਾ ਰੋਣ ਲੱਗ ਗਿਆ ਮੈਨੂੰ ਚੱਲ ਮੇਰੇ ਵਾਲ ਰੌਣਕ ਲੱਗੀ ਆ ਬਾਹਰ ਪਾਉਣ ਦੇ ਲਈ ਫੇਰ ਖਿਡਾਰੀ ਕਦੇ ਤਿਆਰ ਆਓ ਸਾਹਮਣੇ ਮੇਰੇ ਵੀਰੋ ਬੜੀ ਟੌਪ ਦੀ ਬਲ ਪਾਈ ਆ ਸਾਹਮਣੇ ਬਾਲ ਜਿਹੜੀ ਕਦੇ ਟੋਬਰੀ ਪਾ ਦੀ ਆ ਲੈ ਰਾਜਾ ਸਭ ਜਾਣਦੇ ਆ ਅਸੀਂ ਲਾਲ ਸਮਰ ਦੇ ਪਾਸੇ ਗੱਲ ਕਿਸੇ ਟਿਕਾਣੇ ਲੱਗ ਗਈ ਹੈ ਇਹਦੇ ਪਾਸੇ ਪੈਂਦੀ ਬਾਲ ਮੁੰਡਾ ਕਦੇ ਖੁਸ਼ੀ ਕਰਦਾ ਹੈ ਤੇ ਇਧਰਲੇ ਪਾਸੇ ਬਾਲ ਜਿਹੜੀ ਕਹਿੰਦੇ ਫੇਰ ਖਿਡਾਰੀ ਨੇ ਕਦੇ ਸਿਰੇ ਦੀ ਕਰਦੀ ਹੈ ਮਾਂਡੀ ਵਾਲਾ ਕਹਿੰਦੇ ਡੈਣੀ ਉਸਤਾਰ ਬਾਲਾਂ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਔਰ ਦੇਖਾਂਗੇ ਵੀ ਦੂਜੇ ਸੈਟ ਦੀਆਂ ਟੀਮਾਂ ਉਹ ਵੀ ਨੇੜੇ ਆ ਜਾਣਗੀਆਂ ਹਰ ਟਿੜਕਦਾ ਕਦੇ ਬੁਰੀ ਕੋਸ਼ਿਸ਼ ਕਰਦਾ ਤੇ ਰੰਗ ਦੇ ਦੇਖਾਂਗੇ ਵੀ ਚਾਰ ਦੇ ਵਾਧੇ ਇਸ ਵੇਲੇ ਪਰ ਬਾਹ ਮੁੰਡਿਆ ਸੋਹਣੀ ਫੀਲਡ ਕੀਤੀ ਆ ਤੇ ਬਾਲ ਮੇਲਾ ਦਾ ਵੀ ਡਾਊਟ ਹੋ ਗਈ ਹੈ ਨਾ ਆਕਾਸ਼ ਫੇਰ ਬਾਲ ਪਾਉਣੇ ਮੁੰਡਾ ਤਿਆਰ ਹੈ ਸਾਹਮਣੇ ਮੈਚ ਬੜਾ ਟੌਪ ਦਾ ਖੇਡੇ ਆ ਰਹੇ ਮੇਰੇ ਵੀਰੋ ਬਾਲ ਪਾਉਣ ਦੇ ਲਈ ਫੇਰ ਖਿਡਾਰੀ ਕਹਿੰਦੇ ਤਿਆਰ ਪਰ ਤਿਆਰ ਹੈ ਗੁਰੀ ਕਹਿੰਦੇ ਚੜਕ ਦੀ ਧਰਤੀ ਦਾ ਆਹ ਸਾਹਮਣੇ ਕਹਿੰਦੇ ਖਿਡਾਰੀ ਕਹਿੰਦੇ ਤਿਆਰ ਪਰ ਤਿਆਰ ਪੈਂਦੀ ਬਾਲ ਬੱਲੇ 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 ਚੜਕ ਦਾ ਗੁਰੀ ਮੇਰੇ ਵੀਰੋ ਇਸ ਵੇਲੇ ਕਦੇ ਬੱਲੇ ਬੱਲੇ ਕਰਾ ਗਿਆ ਆਹ ਮੁੰਡਾ ਕਦੇ ਮੋਗੇ ਵਾਲਾ ਇਹ ਬੜੀਰਾ ਦੇ ਇਲਾਕੇ ਦਾ ਆਹ ਬਾਗੇ ਪੁਰਾਣੇ ਦੇ ਏਰੀਆ ਦਾ ਮੇਰੇ ਵੀਰੋ ਆਹ ਮੁੰਡਾ ਕਦੇ ਬੱਲੇ ਬੱਲੇ ਕਰਾ ਗਿਆ ਤੇ ਹਰਿਆਣੇ ਵਾਲੇ ਕਹਿੰਦੇ ਅਜੇ ਕਹਿੰਦੇ ਪੱਟੇ ਖੇਡ ਮੇਲੇ ਤੇ ਕਹਿੰਦੇ ਧੰਨ ਧੰਨ ਕਰਵਾ ਰਹੇ ਆ ਮੇਰੇ ਵੀਰੋ ਇਹ ਆ ਕਹਿੰਦੇ ਉਧਰਲੇ ਪਾਸੇ ਜਨੂਦੇ ਦੀ ਧਰਤੀ ਦੇ ਖਿਡਾਰੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਲਾਸਟ ਓਵਰ ਦੀਆਂ ਜਿਹੜੀਆਂ ਕਹਿੰਦੇ ਬਾਲਾਂ ਜਿਹੜੀਆਂ ਪੈਣੀਆਂ ਨੇ ਆਹ ਸਾਹਮਣੇ ਬਾਲ ਪਾਉਣ ਦੇ ਲਈ ਕਹਿੰਦੇ ਰੋਹਿਤ ਅਨੂਜ ਮੇਰੇ ਵੀਰੋ ਜਿਹੜਾ ਕਦੇ ਤਿਆਰ ਪਰ ਤਿਆਰ ਸਾਹਮਣੇ ਕਦੇ ਬਾਲਾ ਪਾਉਂਦਾ ਹਰਿਆਣਾ ਕਹਿੰਦੇ ਦੂਜਾ ਭਾਈ ਮੰਨਿਆ ਜਾਂਦਾ ਮੇਰੇ ਵੀਰੋ ਆਹ ਸਾਹਮਣੇ ਬਾਲ ਪਾਉਂਦੇ ਲਈ ਕਹਿੰਦੇ ਫੇਰ ਲਾਰੀ ਕਦੇ ਤਿਆਰ ਆ ਮੈਚ ਬੜਾ ਟੌਪ ਦਾ ਚੱਲਦਾ ਆਹ ਸਾਹਮਣੇ ਕਦੇ ਚਿੜਕ ਵਾਲਾ ਤਿਆਰ ਸ਼ੀਰਿਆ ਸਾਹਮਣੇ ਕਹਿੰਦੇ ਚਿੜਕ ਵਾਲਾ ਨੌਜਵਾਨ ਇਸ ਵੇਲੇ ਸੰਦੀਪ ਕੋਸ਼ਿਸ਼ ਕਰਦਾ ਹੈ ਪਰ ਬਾਲ ਜਿਹੜੀ ਦੇਖਾਂਗੇ ਵੀ ਡਾਊਟ ਹੋ ਚੁੱਕੀ ਹੈ ਮੌੜ ਤੇ ਕਹਿੰਦੇ ਘੋਲੀਏ ਦੀ ਟੱਕਰ ਹੋਣੀ ਹੈ ਦੂਜਾ ਸੈਮੀ ਖੇਡਿਆ ਜਾਣਾ ਹੈ ਕਿਹੜੀਆਂ ਟੀਮਾਂ ਬੱਲੇ ਬੱਲੇ ਕਰਾਉਣਗੀਆਂ ਵਿਰੋਧੇ ਦੀ ਟੀਮ ਜਿਹੜੀ ਕਹਿੰਦੇ ਫਾਈਨਲ ਵੱਲੋਂ ਉਹ ਪ੍ਰਵੇਸ਼ ਕਰ ਗਈ ਹੈ ਆਹ ਸਾਹਮਣੇ ਪੈਂਦੀ ਬਾਲ ਜ਼ੋਰਦਾਰ ਟਰਾਈ ਹੈ ਪਰ ਦੇਖਾਂਗੇ ਵੀ
ਆਹ ਭਾਵੇਂ ਕਾਨੇ ਖੇੜਿਆ ਰਿਹਾ ਕੈਚ ਹੋ ਗਿਆ ਤੇ ਹੋਰ ਵਿਕਟ ਦਾ ਕਹਿੰਦੇ ਪਤਨਾ ਆਓ ਜੀ ਅਗਲਾ ਬੱਲੇਬਾਜ਼ ਜਲਦੀ ਦੇ ਨਾ ਲਾਸ ਬਣੇ ਅਗਲੇ ਮੈਚ ਦੇ ਲਈ ਟੀਮਾਂ ਜਿਹੜੀ ਇੱਕ ਦੇ ਗਰਾਊਂਡ ਦੇ ਵਿੱਚ ਆ ਜਾਣ ਮੇਰੇ ਵੀਰੋ ਅਗਲੇ ਮੈਚ ਦੀਆਂ ਦੋ ਦਿਨ ਬਾਲਾਂ ਪਾਈਏ ਤੇ ਇਸ ਤੋਂ ਬਾਅਦ ਜਿਹੜਾ ਕਦੇ ਦੂਜਾ ਸੈਮੀ ਫਾਈਨਲ ਮੇਰੇ ਵੀਰੋ ਜਿਹੜਾ ਕਦੇ ਖੇਡ ਦੇ ਮੈਦਾਨ ਦੇ ਵਿੱਚ ਬੜਾ ਟੌਪ ਦਾ ਮੈਚ ਖੇਡੇ ਜਾਵੇਗਾ ਹਰਿਆਣੇ ਦੀ ਟੀਮ ਜਿਹੜੀ ਕਹਿੰਦੇ ਲਗਭਗ ਆਹ ਮੈਚ ਚੋਂ ਕਹਿੰਦੇ ਜਿੱਤ ਵੱਲ ਜਿਹੜੀ ਕਹਿੰਦੇ ਵੱਧ ਰਹੀ ਆ ਮੇਰੇ ਵੀਰੋ ਆਹ ਸਾਹਮਣੇ ਖੱਟੇ ਪ੍ਰਵਾਂਡਾ ਕਹਿੰਦੇ ਅੱਜ ਦੇ ਵੱਡੇ ਖੇਡ ਮੇਲੇ ਦੇ ਸੁਗਣ ਭਰਾ ਸਾਡਾ ਕਹਿੰਦੇ ਨਿਊਜ਼ੀਲੈਂਡ ਵਾਲਾ ਤੇ ਨਾਲ ਰਮਨ ਮਲੀਲਾ ਵਾਲਾ ਨਾਲ ਕਹਿੰਦੇ ਮੰਗਲ ਸਟੇਰੀਅਲ ਆ ਤੇ ਕਮਲ ਕਨੇਡਾ ਵਾਲੇ ਨੇ ਕਹਿੰਦੇ ਅੱਜ ਦੇ ਕਹਿੰਦੇ ਵੱਡੇ ਖੇਡ ਮੇਲੇ ਦੇ ਜਿਹੜੇ ਮੇਰੇ ਵੀਰੋ ਚਿੱਪ ਕਰਦੇ ਆ ਮੇਰੇ ਤੋਂ ਪਹਿਲਾਂ ਬੜੇ ਸੋਹਣੇ ਬੋਲ ਬੜੀ ਭਰਾ ਸਾਡਾ ਕਹਿੰਦੇ ਮਸੀਤਾ ਵਾਲਾ ਕਹਿੰਦਾ ਕਾਸ਼ਾ ਤੇਰੇ ਮੇਲੇ ਤੇ ਸੁਖਮਨ ਬਾਈ ਆ ਜੋਰ ਸਾਰੇ ਕਮੈਂਟਾਂ ਲਈ ਕਹਿੰਦੇ ਜਿਹੜਾ ਬਹੁਤ ਲੱਗ ਗਿਆ ਰਵੀ